ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਵਨ ਸਿੰਘ, ਅੱਜ ਮਾਈ ਟੀ ਵੀ ਦੇ ਸਟੂਡੀਓ ਤੋਂ ਅੱਜ ਦਾ ਮਾਈ ਸ਼ੋਅ ਮਾਈ ਲਾਈਫ ਲੈ ਕੇ ਇੱਕ ਵਾਰੀ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਆਪਣੇ ਵਿਊਅਰਸ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ ਦਾ ਜੋ ਸਾਡਾ ਟੌਪਿਕ ਹੋਏਗਾ ਉਹ ਡਿਸਕਸ਼ਨ ਕਰਾਂਗੇ ਅਸੀਂ ਹਿਊਮਨ ਰਾਈਟਸ ਦੀ, ਮਨੁੱਖੀ ਅਧਿਕਾਰਾਂ ਦੀ। ਮਨੁੱਖੀ ਅਧਿਕਾਰ ਜੋ ਕਿ ਕਹਿ ਲਓ ਕਿ ਜਦੋਂ ਦਾ ਲਿਖਤੀ ਰੂਪ ਦਾ ਇਤਿਹਾਸ ਪ੍ਰੀ ਹਿਸਟੋਰਿਕ ਨਹੀਂ, ਜਦੋਂ ਦੀ ਹਿਸਟਰੀ ਚੱਲੀ ਆ ਉਦੋਂ ਦਾ ਮਨੁੱਖੀ ਅਧਿਕਾਰਾਂ 'ਤੇ, ਉਹਨਾਂ ਦੀਆਂ ਵਾਇਓਲੇਸ਼ਨਸ 'ਤੇ, ਉਹਨਾਂ ਦੀ ਇੰਪਰੂਵਮੈਂਟਸ 'ਤੇ ਬਹੁਤ ਹੀ ਕਿਤਾਬਾਂ, ਬਹੁਤ ਹੀ ਗ੍ਰੰਥ ਲਿਖੇ ਗਏ ਨੇ। ਔਰ ਅੱਜ ਸਾਡੇ ਨਾਲ ਸ਼ਾਮਿਲ ਨੇ ਮੇਰੇ ਬਹੁਤ ਹੀ ਕਰੀਬੀ ਦੋਸਤ ਭਾਅ ਜੀ ਪਰਮਜੀਤ ਸਿੰਘ ਹੋਣੀ। ਭਾਅ ਜੀ ਪਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਸੀਂ ਮਾਈ ਟੀ ਵੀ 'ਤੇ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਵੀ ਆਰ ਰੀਅਲੀ ਗਲੈਡ ਦੈਟ ਯੂ ਟੁੱਕ ਦ ਟਾਈਮ ਟੂ ਕਮ ਆਊਟ ਹੀਅਰ ਟੂ ਸ਼ੇਅਰ ਐਂਡ ਐਕਸਪ੍ਰੈਸ ਯੂਰ ਓਪੀਨੀਅਨਸ ਅਬਾਊਟ ਹਿਊਮਨ ਰਾਈਟਸ ਵਿਦ ਆਰ ਵਿਊਅਰਸ ਹੀਅਰ ਟੂਡੇ। ਅਤੇ ਮੈਂ ਸਭ ਤੋਂ ਪਹਿਲਾਂ ਤਾਂ ਭਾਅ ਜੀ ਤੁਹਾਨੂੰ ਪੁੱਛਾਂਗਾ ਕਿ ਹਾਊ ਡੂ ਯੂ ਡਿਫਾਈਨ ਹਿਊਮਨ ਰਾਈਟਸ, ਮਨੁੱਖੀ ਅਧਿਕਾਰਾਂ ਦੀ ਪਰਿਭਾਸ਼ਾ ਕੀ ਹੈ? ਜਦੋਂ ਤੁਸੀਂ ਸੁਣਦੇ ਹੋ ਕਿ ਮਨੁੱਖੀ ਅਧਿਕਾਰ, ਤੁਹਾਡੇ ਦਿਮਾਗ ਦੇ ਵਿੱਚ ਕਿਹੜੀ ਟੱਲੀ ਖੜਕਦੀ ਹੈ? ਦੇਖੋ, ਹਿਊਮਨ ਬੀਇੰਗਸ ਜਦੋਂ ਆਪਾਂ ਬੋਰਨ ਹੁੰਦੇ ਹਾਂ ਅਤੇ ਯੂ ਨੋ ਵੀ ਹੈਵ ਸਮ ਰਾਈਟਸ, ਇਹ ਜਿਹੜੇ ਰਾਈਟਸ ਸਾਨੂੰ ਆਪਾਂ ਨੂੰ ਚੰਗੀ ਜ਼ਿੰਦਗੀ ਜੀਣ ਵਾਸਤੇ, ਜਿੱਦਾਂ ਆਪਣੇ ਖੁਸ਼ੀ ਪਰਸਿਊਟ ਆਫ ਹੈਪੀਨੈਸ, ਸਾਨੂੰ ਆਪਣੀ ਜ਼ਿੰਦਗੀ ਦਾ ਆਨੰਦ ਮਾਣਨ ਵਾਸਤੇ, ਈਵਨ ਇਹ ਰਾਈਟ ਆਪਾਂ ਇਹ ਵੀ ਕਹਿ ਸਕਦੇ ਕਿ ਜਿਹੜੇ ਬੋਰਨ ਨਹੀਂ ਹੋਏ ਆ, ਫੀਟਸ ਆ, ਉਹਨਾਂ ਦੇ ਕੋਲ ਵੀ ਇਹ ਰਾਈਟ ਹੈ ਜਾਂ ਹੋਣੇ ਚਾਹੀਦੇ ਉਹਨਾਂ ਦੇ ਕੋਲ ਇਹ ਰਾਈਟ, ਕਿ ਉਹ ਆਪਣੀ ਜ਼ਿੰਦਗੀ ਜਦੋਂ ਉਹਨਾਂ ਨੇ ਫਿਊਚਰ 'ਚ ਆਉਣਾ, ਉਹਨੂੰ ਚੰਗੀ ਤਰ੍ਹਾਂ ਦਾ ਆਨੰਦ ਮਾਣ ਸਕਣ ਅਤੇ ਉਹਨਾਂ ਦੇ ਨਾਲ ਕੋਈ ਵਿਤਕਰਾ ਵਗੈਰਾ ਨਾ ਹੋਵੇ, ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਪੜ੍ਹਾਈ ਦੇ, ਐਜੂਕੇਸ਼ਨ ਅੱਗੇ ਵਧਣ ਦੇ ਪੂਰੇ ਪੂਰੇ ਉਹਨਾਂ ਨੂੰ ਚਾਂਸਿਸ ਹੋਣ। ਦੇਰ ਇਜ਼ UN ਦੇ ਵਿੱਚ ਆਈ ਥਿੰਕ 30 ਡਿਫਰੈਂਟ ਟਾਈਪ ਆਫ ਉਹਨਾਂ ਨੇ ਵਰਡਿੰਗਸ ਹੈਗੀਆਂ ਡਿਫਰੈਂਟ, ਜਿਹੜੇ ਕਿ ਉਹਨਾਂ ਲਿਖੇ ਹੋਏ ਡਿਫਾਈਨ ਕੀਤੇ ਆ, ਮੈਂ ਉਹਨਾਂ ਨੂੰ ਸਾਰੇ ਤਾਂ ਨਹੀਂ ਦੱਸ ਸਕਦਾ, ਬਟ ਦੇਰ ਬੇਸਿਕਲੀ ਤੁਹਾਨੂੰ ਆਪਣੀ ਲਾਈਫ ਲਈ ਖੁਸ਼ੀ ਨਾਲ, ਅੱਛੇ ਤਰੀਕੇ ਨਾਲ ਬੁਢਾਪੇ ਤੱਕ ਤੁਸੀਂ ਉਸਨੂੰ ਲਾਈਫ ਨੂੰ ਲਿਜਾ ਸਕੋ, ਅਤੇ ਇਹੀ ਹਿਊਮਨ ਰਾਈਟਸ ਹੈ। ਠੀਕ ਹੈ ਜੀ। ਸੋ ਜੇ ਅਸੀਂ ਅੱਜ ਕਹੀਏ ਕਿ ਤੁਸੀਂ ਆਪਣੇ ਆਪ ਨੂੰ ਇੱਕ ਹਿਊਮਨ ਰਾਈਟਸ ਐਕਟਿਵਿਸਟ ਕਹਿੰਦੇ ਹੋ, ਕੀ ਇਹ ਗੱਲ ਸਹੀ ਹੈ? ਹਾਂਜੀ, ਕਹਿ ਸਕਦਾ। ਹਾਂਜੀ, ਮੈਂ ਕਾਫੀ ਇਸ ਨਾਲ ਸਹਿਮਤ ਹਾਂ। ਮੈਂ ਆਪਣੇ ਕਈ ਇੰਡੀਆ ਦੇ ਵਿੱਚ ਮੈਂ ਕਈ ਕੰਮ ਕਰਦਾ ਹਾਂ ਕਿ ਆਪਣੇ ਜਿਹੜੇ ਕਿ ਗਰੀਬ ਪਰਿਵਾਰ ਹੈਗੇ ਆ ਉਹਨਾਂ ਨੂੰ ਇਹ ਅਵੇਅਰ ਕਰਨ ਦੀ ਕੋਸ਼ਿਸ਼ ਕਰਦਾ, ਉਹਨਾਂ ਨੂੰ ਅੱਗੇ ਪੜ੍ਹਾਈ ਵਾਸਤੇ ਅਸੀਂ ਚੰਦਾ ਵਗੈਰਾ ਭੇਜਦੇ ਹਾਂ ਉੱਥੇ, ਤਾਂ ਕਿ ਉਹ ਆਪਣੇ ਪੜ੍ਹਾਈ ਕਰਕੇ ਆਪਣੇ ਆਪਣੀ ਜ਼ਿੰਦਗੀ ਸੁਧਾਰ ਸਕਣ ਅਤੇ ਸਮਝ ਸਕਣ ਕਿ ਉਹਨਾਂ ਦੇ ਕੀ ਰਾਈਟ ਆ। ਪੁਰਾਣੇ ਟਾਈਮ ਤੋਂ ਹੀ ਇੱਕ ਸਿਸਟਮ ਚੱਲਦਾ ਆ ਰਿਹਾ ਸੀ ਇੰਡੀਆ ਦੇ ਵਿੱਚ ਕਿ ਸਾਨੂੰ 4 ਵਰਣਾਂ 'ਚ ਵੰਡਿਆ ਗਿਆ ਸੀ, ਅਤੇ ਜਿਹੜੇ ਅਲੀਟ ਸੀ ਉਹ ਚਾਹੁੰਦੇ ਸੀਗੇ ਕਿ ਜਿਹੜੇ ਥੱਲੇ ਨੀਅਰਲੀ ਜਿਹੜੀ ਇੰਡੀਆ ਦੀ 90% ਆਫ ਪਾਪੂਲੇਸ਼ਨ ਹੈ ਉਹ ਸ਼ੂਦਰ ਹੈ, ਅਤੇ ਉਹਦੇ ਸ਼ੂਦਰ ਦੇ ਵਿੱਚ 2 ਡਿਫਰੈਂਟ ਵਰਗ ਨੇ। ਇੱਕ ਤਾਂ ਹੈਗਾ ਕਿ ਟੱਚੇਬਲ ਸ਼ੂਦਰ ਅਤੇ ਇੱਕ ਅਨਟੱਚੇਬਲ। ਅੱਛਾ। ਅਤੇ ਟੱਚੇਬਲ ਸ਼ੂਦਰ ਉਹ ਲੋਕ ਨੇ ਜਿਨ੍ਹਾਂ ਨੂੰ ਅਸੀਂ OBC ਵੀ ਕਹਿੰਦੇ ਹਾਂ, ਤਕਰੀਬਨ ਉਹਨਾਂ ਦੀ ਇਸ ਟਾਈਮ 55% ਦੇ ਕਰੀਬ ਪਾਪੂਲੇਸ਼ਨ ਹੈਗੀ ਇੰਡੀਆ ਦੇ ਵਿੱਚ। ਟੋਟਲ ਜਿਹੜੀ ਇੰਡੀਆ ਦੀ ਪਾਪੂਲੇਸ਼ਨ ਉਹਦੇ 55% ਜਾਂ ਸਿਰਫ ਸ਼ੂਦਰ ਵਰਗ ਦੇ 55%? ਨਹੀਂ ਨਹੀਂ, ਇੰਡੀਆ ਦੀ ਟੋਟਲ ਪਾਪੂਲੇਸ਼ਨ ਦਾ 55% ਜਿਹੜਾ OBC ਹੈ। ਅੱਛਾ ਜੀ। ਉਹ ਬੇਸਿਕਲੀ 1931 ਦੇ ਵਿੱਚ ਸਾਡੀ ਲਾਸਟ ਜਨਗਣਨਾ ਹੋਈ ਸੀਗੀ ਜਿਹੜੀ ਕਿ ਕਾਸਟ ਬੇਸ ਸੀਗੀ। ਉਸ ਤੋਂ ਬਾਅਦ ਜਿਹੜਾ ਅਲੀਟ ਸੀ ਸਾਡੀ 1931 ਦੀ ਆਪਣਾ ਸੈਂਸਸ ਜੋ ਹੋਇਆ, ਸੈਂਸਸ ਦੇ ਵਿੱਚ ਜਿਹੜੀ ਹੋਈ ਸੀਗੀ, ਅੰਗਰੇਜ਼ਾਂ ਦੇ ਟਾਈਮ ਇਹ ਚੱਲਦਾ ਸੀ ਕੰਮ ਵੀ ਇਹ ਸੈਂਸਸ ਉਸ ਕਾਸਟ ਬੇਸ 'ਤੇ ਕਰਦੇ ਸੀ, ਅਤੇ ਉਹ ਆਪਣੇ ਜੋ ਵੀ ਉਹਨਾਂ ਨੇ ਸਹੂਲਤਾਂ ਦੇਣੀਆਂ ਸੀ ਜਾਂ ਕੋਈ ਉਹਨਾਂ ਨੇ ਕੋਈ ਕੰਮ ਕਰਨਾ ਸੀ ਕਮਿਊਨਿਟੀ ਵਾਸਤੇ, ਤਾਂ ਉਹ ਉਸ ਜਨਗਣਨਾ ਦੇ ਬੇਸ 'ਤੇ ਕਰਦੇ ਸੀ। ਅਤੇ 1931 ਤੋਂ ਬਾਅਦ ਇਹ 41 ਦੇ ਵਿੱਚ 41 ਦੇ ਵਿੱਚ ਸੈਕਿੰਡ ਵਰਲਡ ਵਾਰ ਕਰਕੇ ਨਹੀਂ ਹੋ ਸਕੀ, ਅਤੇ 1947 ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਂ ਜਿਹੜੇ ਕਿ ਸਾਡੇ ਲੀਡ ਸੀ ਉਸ ਟਾਈਮ ਦੇ ਜਿਹੜੇ ਚਲਾਉਂਦੇ ਸੀਗੇ ਇੰਡੀਆ ਨੂੰ ਜਾਂ ਉਹਨੂੰ ਰੂਲ ਕਰ ਰਹੇ ਸੀਗੇ, ਤਾਂ ਉਹ ਚਾਹੁੰਦੇ ਨਹੀਂ ਸੀਗੇ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਜਾਵੇ ਤਾਂ ਕਿ ਉਹ ਜਾਗਰੂਕ ਹੋਣ ਅਤੇ ਆਪਣੇ ਅਧਿਕਾਰਾਂ ਨੂੰ ਉਹਨਾਂ ਲਈ ਡਿਮਾਂਡ ਕਰਨ, ਕਿਉਂਕਿ ਉਹਨਾਂ ਨੂੰ ਜਦੋਂ ਅਸੀਂ ਆਪਣੀ ਪਾਪੂਲੇਸ਼ਨ ਦੀ ਜਦੋਂ ਗਿਣਤੀ ਹੋਏਗੀ ਤਾਂ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਜਿਹੜੀ ਅਲੀਟ ਆ ਬਹੁਤ ਘੱਟ ਉਹਨਾਂ ਦੀ ਪਾਪੂਲੇਸ਼ਨ ਹੈ, ਅਤੇ ਮਜੋਰਟੀ ਆਫ ਜਿਹੜੀ ਜਿਹੜੀ ਗਰੀਬ ਜਾਂ ਉਦੋਂ ਅਨਐਜੂਕੇਟਡ ਲੋਕ ਸੀ ਐਜ਼ ਪਰ ਦਾ ਜਿਹੜੇ ਪੁਰਾਣਾ ਆਪਾਂ ਨੂੰ ਕਹਿ ਲਈਏ ਇੱਕ ਸੰਵਿਧਾਨ ਸੀਗਾ ਜਿਹੜੀ ਕਿ ਮਨੋ ਸਮ੍ਰਿਤੀ ਸੀ, ਐਜ਼ ਪਰ ਦੈਟ ਜਿਹੜੇ ਕਿ
ਲੋਅਰ ਜਿਹੜੇ ਕਾਸਟ ਹੈ ਜਾਂ ਸ਼ੂਦਰ ਕਾਸਟ ਦੇ ਵਿੱਚ ਹੈਗੇ ਨੇ, ਵਰਣ ਦੇ ਵਿੱਚ ਹੈਗੇ ਨੇ, ਉਹ ਐਜੂਕੇਸ਼ਨ ਦਾ ਉਹਨਾਂ ਰਾਈਟ ਸੀ, ਪ੍ਰੋਪਰਟੀ ਦਾ ਵੀ ਕੋਈ ਰਾਈਟ ਨਹੀਂ ਸੀ ਉੱਤਰ, ਨੀਅਰਲੀ 90% ਆਫ ਪਾਪੂਲੇਸ਼ਨ। ਸੋ ਅਗਰ ਤੁਸੀਂ 1931 ਦੀ ਤੁਸੀਂ ਇਹ ਸੈਂਸਸ ਚੰਗੀ ਤਰ੍ਹਾਂ ਦੇਖ ਸਕੋ ਜੀ ਅੰਗਰੇਜ਼ਾਂ ਦੀ ਲੱਭ ਕੇ, ਤਾਂ ਤੁਹਾਨੂੰ ਉਹ 'ਚ ਆਈਡੀਆ ਲੱਗ ਜਾਏਗਾ ਕਿ ਓ ਬੀ ਸੀ ਵਾਸ 55%, ਐਸ ਸੀ ਐਸ ਟੀ ਅਰਾਊਂਡ 23-25%। ਅਤੇ ਸੋ ਭਾਜੀ ਮੈਂ ਇੱਥੇ ਤੁਹਾਨੂੰ ਪੁੱਛਦਾ ਹੈ ਕਿ ਜੋ ਬ੍ਰਾਹਮਣ ਹੈ ਜਿਸ ਦੀ ਇਹ ਸਾਰੀ ਕਾਢ ਹੈ, ਜਿਸ ਨੇ ਇਹ ਸਾਰਾ ਸ਼ੜਯੰਤਰ ਰਚਿਆ ਜਿਸ ਦੇ ਨਾਲ ਸੋਸਾਇਟੀ ਨੂੰ ਵੱਖ ਵੱਖ ਵਰਗਾਂ ਦੇ ਵਿੱਚ ਵੰਡਿਆ ਗਿਆ, ਜਿਹੜੇ ਕਿ ਜੋਬ ਬੇਸਡ ਬਣਾਏ ਗਏ, ਸੋ ਉਹਦਾ ਜਿਹੜਾ ਸਿੱਧਾ ਤਾਲੁਕਾਤ ਸੀਗਾ ਜਿਹੜਾ ਸੀਗਾ ਤੁਹਾਨੂੰ ਇਕਨੋਮਿਕਲੀ ਹਿੱਟ ਕਰਦਾ ਸੀਗਾ ਕਿ ਤੁਹਾਡੇ ਕੋਲ ਓਪਰਚੁਨਿਟੀਜ਼ ਨਹੀਂ ਸੀਗੀਆਂ। ਇੱਕ ਤਾਂ ਸੋਸ਼ਲੀ ਤੁਸੀਂ ਕੋਈ ਚੀਜ਼ ਤਿਆਰ ਕਰ ਦਿੱਤੀ ਹੈ ਕਿ ਅਸੀਂ ਤੁਹਾਡੇ ਨਾਲ ਸੋਸ਼ਲਾਈਜ਼ ਕਰਨਾ ਹੈ, ਤੁਹਾਡੇ ਨਾਲ ਨਹੀਂ ਕਰਨਾ, ਪਰ ਕਿਉਂਕਿ ਜਿਹੜਾ ਜਾਤੀਵਾਦ ਬਣਾਇਆ ਗਿਆ ਉਹ ਇਕਨੋਮਿਕ ਸੀਗਾ ਕਿ ਖਰਚਾ ਵੀ ਜਿਹੜਾ ਤੁਹਾਡਾ ਹੈ ਉਹ ਨਾ ਚੱਲੇ ਕਰਦਾ, ਤੁਹਾਨੂੰ ਇੱਥੋਂ ਤੱਕ ਉਹਨਾਂ ਨੂੰ ਕਹਿ ਲਓ ਕਿ ਜ਼ੰਜੀਰਾਂ ਦੇ ਵਿੱਚ ਬੀੜ ਦਿੱਤਾ ਗਿਆ। ਸੋ ਹੁਣ ਜੇ 1931 ਦਾ ਹੋਇਆ ਜਾਂ ਉਸ ਤੋਂ ਪਹਿਲਾਂ ਜਿਹੜਾ ਆਪਾਂ ਕਹਿੰਦੇ ਕਿ ਉਹ ਕੈਸਟ ਬੇਸਡ ਸੀਗਾ, ਬ੍ਰਿਟਿਸ਼ ਕਰਵਾਉਂਦੇ ਸੀਗੇ, ਕੀ ਬ੍ਰਾਹਮਣ ਨੇ ਬ੍ਰਿਟਿਸ਼ ਨੂੰ ਫਿਰ ਐਕਸਪਲੇਨ ਕੀਤਾ ਹੋਏਗਾ ਕਿ ਅਸੀਂ ਇੱਥੇ ਕੀ ਸਿਸਟਮ ਚਲਾਇਆ ਹੈ, ਕੀ ਉਹਨਾਂ ਨੇ ਪੜ੍ਹਿਆ, ਜਾਂ ਕਿਤੇ ਬ੍ਰਾਹਮਣ ਦੀ ਇਹ ਵੀ ਕੋਈ ਸਾਜਿਸ਼ ਸੀਗੀ ਕਿ ਉਹ ਆਪ ਨਾਲ ਰਲ ਕੇ, ਕਿਉਂਕਿ ਜਦੋਂ ਆਪਾਂ ਮੁਗਲਾਂ ਦਾ ਇਤਿਹਾਸ ਵੀ ਪੜ੍ਹਦੇ ਹਾਂ ਉਸ ਦੇ ਵਿੱਚ ਵੀ ਆਉਂਦਾ ਹੈ ਕਿ ਬ੍ਰਾਹਮਣ ਨੇ ਹਮੇਸ਼ਾ ਹੀ ਜਿਹੜੀ ਰੂਲਿੰਗ ਕਲਾਸ ਆ ਉਹਦੇ ਨਾਲ ਜਾ ਕੇ ਤਾਲਮੇਲ ਕੀਤਾ, ਔਰ ਜਿਹੜੇ ਆਮ ਇਨਸਾਨ ਨੇ ਉਹਨਾਂ ਦੇ ਲਈ ਇਹਨਾਂ ਨੇ ਕੁਝ ਨਹੀਂ ਕੀਤਾ, ਉਹਨਾਂ 'ਤੇ ਅੱਤਿਆਚਾਰ ਹੀ ਕੀਤਾ, ਉਹਨਾਂ ਨੂੰ ਵੱਧ ਤੋਂ ਵੱਧ ਦਬਾਇਆ ਹੀ ਹੈ। ਕੀ ਇਹ ਗੱਲ ਸੱਚੀ ਹੈ ਕਿ ਜਿਹੜਾ ਬ੍ਰਾਹਮਣ ਹੈ ਉਹਨੇ ਹੀ ਇਹਨਾਂ ਦੇ ਨਾਲ ਰਲ ਕੇ ਅਤੇ ਜਿਹੜਾ ਸੈਂਸਸ ਹੈ ਉਹ ਕੈਸਟ ਬੇਸਡ ਕਰਵਾਇਆ ਹੋਏਗਾ? ਨਹੀਂ, ਉਹਨਾਂ ਨੇ ਇਹ ਬਿਲਕੁਲ ਨਹੀਂ ਕਰਵਾਇਆ ਹੈਗਾ। ਉਹ ਇਹ ਬਿਲਕੁਲ ਉਹ ਜੇ ਉਹਨਾਂ ਨੇ ਕਰਵਾਇਆ ਹੁੰਦਾ ਤਾਂ 1931 ਤੋਂ ਬਾਅਦ ਵੀ ਕਾਸਟ ਬੇਸ ਉਹ ਸੈਂਸਸ ਕਰਵਾ ਸਕਦੇ ਸੀ। ਠੀਕ ਹੈ, ਪਰ ਉਹ ਉਹਨਾਂ ਨੇ ਇਸ ਲਈ ਨਹੀਂ ਕਰਵਾਇਆ ਕਿ ਉਹਦੇ ਵਿੱਚ ਇਹ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੀ ਪਾਪੂਲੇਸ਼ਨ ਕਿੰਨੀ ਹੈ ਅਤੇ ਬਾਕੀ ਲੋਕਾਂ ਦੀ ਪਾਪੂਲੇਸ਼ਨ ਕਿੰਨੀ ਹੈ, ਅਤੇ ਜਿਹੜਾ ਰਾਜ ਉਹਨਾਂ ਦਾ ਉਹ ਚਲਾ ਰਹੇ ਆ ਇੱਕ ਭੁਲੇਖੇ ਦੇ ਵਿੱਚ ਲੋਕਾਂ ਦੇ ਨਾਲ ਮਿਲ ਉਹਨਾਂ ਨੂੰ ਲੋਕਾਂ ਦੀਆਂ ਅੱਖਾਂ ਦੇ ਵਿੱਚ ਧੂਲ ਪਾ ਕੇ ਉਹ ਚੱਲਣਾ ਬੰਦ ਹੋ ਜਾਣਾ ਸੀ। ਬੇਸਿਕਲੀ ਇਹਨਾਂ ਨੇ ਆਪਣੇ ਇੰਡੀਆ ਦੇ ਵਿੱਚ ਇੰਨੇ ਇਨਵੇਡਰਸ ਆਏ ਆ, ਇੰਨੇ ਪਰ ਜਿਹੜੀ ਆਪਣੀ ਅਲੀਟ ਸੀਗੀ ਜਾਂ ਜਿਹੜੀ ਐਜੂਕੇਟਡ ਸੀ ਕਮਿਊਨਿਟੀ ਸੀ ਜਾਂ ਬ੍ਰਾਹਮਣ ਬ੍ਰਾਹਮਣ ਕਹਿ ਸਕਦੇ ਤੁਸੀਂ ਉਹਨਾਂ ਨੂੰ, ਅਤੇ ਉਹਨਾਂ ਨੇ ਕਦੀ ਵੀ ਉਹਨਾਂ ਦੇ ਖਿਲਾਫ਼ ਕੁਛ ਨਹੀਂ ਕੀਤਾ। ਠੀਕ ਹੈ, ਉਹਨਾਂ ਨੇ ਸਗਾ 'ਤੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੀਆਂ ਜਿਹੜੀਆਂ ਹਾਇਰ ਪੋਸਟਾਂ ਸੀਗੀਆਂ ਉਹ ਉਹਨਾਂ ਨੂੰ ਉਹਨਾਂ ਦਾ ਆਨੰਦ ਮਾਣਿਆ, ਅਤੇ ਕਿਉਂਕਿ ਉਹ ਇਹਨਾਂ ਦੇ ਕਹਿਣੇ 'ਤੇ ਚੱਲਦੇ ਸੀਗੇ, ਕਿਉਂਕਿ ਆਲਰੇਡੀ ਇਹਨਾਂ ਨੇ ਇੱਕ ਸਿਸਟਮ ਕ੍ਰੀਏਟ ਕੀਤਾ ਹੋਇਆ ਸੀ ਇੰਡੀਆ ਦੇ ਵਿੱਚ ਜਿਹੜਾ ਕਿ ਕਾਸਟ ਸਿਸਟਮ ਸੀ, ਮਨੂ ਸਮ੍ਰਿਤੀ ਸੀ, ਉਹਦੇ ਥਰੂ ਇੱਕ ਸਿਸਟਮ ਕ੍ਰੀਏਟ ਕੀਤਾ ਹੋਇਆ ਸੀ ਤਾਂ ਕਿ ਜਿਹੜੇ ਆਮ ਲੋਕ ਆ ਉਹਨਾਂ ਨੂੰ ਐਜੂਕੇਸ਼ਨ ਦਾ ਤਾਂ ਵੈਸੇ ਉਹਦੇ 'ਚ ਰਾਈਟ ਨਹੀਂ ਸੀ, 90% ਆਫ ਜਿਹੜੀ ਪਾਪੂਲੇਸ਼ਨ ਆ ਉਹਨੂੰ ਕੋਈ ਐਜੂਕੇਸ਼ਨ ਦਾ ਰਾਈਟ ਨਹੀਂ ਸੀ। ਠੀਕ ਹੈ, ਅਤੇ ਉਹਨਾਂ ਨੂੰ ਪ੍ਰੋਪਰਟੀ ਦਾ ਵੀ ਕੋਈ ਰਾਈਟ ਨਹੀਂ ਸੀ, ਅਤੇ ਉਹਨਾਂ ਨੂੰ ਈਜ਼ੀ ਤੁਸੀਂ ਉਹਨੂੰ ਰੂਲ ਕਰ ਸਕਦੇ ਹਾਂ ਜੇ ਤੁਹਾਡੇ ਹੁਣ ਤੁਹਾਡੇ ਕੋਲ ਗਿਆਨ, ਅਸੀਂ ਆਪਾਂ ਇੱਥੇ ਬੈਠੇ ਆਪਾਂ ਗੱਲ ਕਰ ਰਹੇ ਹਾਂ, ਅਤੇ ਮੰਨ ਲਓ ਕਿ ਅਸੀਂ ਆਪਾਂ ਕੋਈ ਐਜੂਕੇਸ਼ਨ ਨਾ ਲਈ ਹੋਵੇ ਤਾਂ ਅਸੀਂ ਇਸ ਗੱਲ 'ਤੇ ਤਾਂ ਸੋਚ ਵੀ ਨਹੀਂ ਸਕਦੇ ਕੁਛ, ਤਾਂ ਡਿਸਕਸ਼ਨ ਦਾ ਅਸੀਂ ਕੀ ਕਰਨਾ? ਬਿਲਕੁਲ ਜੀ, ਜਿਵੇਂ ਕਹਿੰਦੇ ਨੇ ਕਿ ਇਲਾਜ ਕਰਨ ਤੋਂ ਪਹਿਲਾਂ ਬਿਮਾਰੀ ਦਾ ਜਾਣਨਾ ਬਹੁਤ ਜ਼ਰੂਰੀ ਹੈ ਕਿ ਅਸੀਂ ਇਲਾਜ ਵੱਲ ਤਾਂ ਹੀ ਤੁਰ ਸਕਦੇ ਹਾਂ ਜੇ ਪਹਿਲਾਂ ਬਿਮਾਰੀ ਦਾ ਪਤਾ ਲੱਗੇ। ਇਹ ਮਨੁੱਖੀ ਅਧਿਕਾਰਾਂ ਦੀ ਜੋ ਵਿਚਾਰ ਚਰਚਾ ਚੱਲ ਰਹੀ ਹੈ ਨੂੰ ਅਸੀਂ ਜਾਰੀ ਰੱਖਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ। Vijay Taneja of Elite Bollywood Entertainment Inc. and Velocity Commercial Investments Inc. present Dabang, the tour reloaded. I'm Salman Khan. Hi everyone, this is Katrina Kaif. See me live 6 July, Washington at the Capital One Arena. But is baar zara swag ke saath. Hi, my name is Kuldeep Gill. I'm broker of Sky Realty. The reason we are so successful, because client trust us. I've been doing this my whole life. My team is my wife, my office manager, and my agents. We look forward to earn your business and we do speak your language. Thank you. Hi, my name is Kuldeep Gill. I'm broke. ਪ੍ਰੋਗਰਾਮ ਦੇ ਵਿੱਚ ਵਾਪਸ ਸਰੋਤਿਆਂ ਦਾ ਸਵਾਗਤ ਹੈ। ਚਰਚਾ ਚੱਲ ਰਹੀ ਸੀਗੀ ਮਨੁੱਖੀ ਅਧਿਕਾਰਾਂ ਦੀ। ਅੱਜ ਵੀ ਜੇ ਅਸੀਂ ਹਿਊਮਨ ਰਾਈਟਸ ਵਾਇਓਲੇਸ਼ਨਸ ਦੀ ਗੱਲ ਕਰਦੇ ਹਾਂ ਤਾਂ ਸਾਊਥ ਏਸ਼ੀਆ ਦੀ ਜਦੋਂ ਗੱਲ ਹੁੰਦੀ ਹੈ
ਤੇ ਗ੍ਰੰਥ ਕਹਿ ਲਓ ਕਿ ਲਿਖੇ ਜਾ ਸਕਦੇ ਨੇ, ਇੰਨੀਆਂ ਜ਼ਿਆਦਾ ਹਿਊਮਨ ਰਾਈਟਸ ਵਾਇਓਲੇਸ਼ਨਸ ਹੁੰਦੀਆਂ ਨੇ, ਭਾਵੇਂ ਕਿ ਸੰਵਿਧਾਨ ਲਿਖਿਆ ਵੀ ਗਿਆ ਹੈ, ਪਰ ਜੋ ਸੰਵਿਧਾਨ ਚਲਾਉਣ ਵਾਲੇ ਨੇ ਉਹਨਾਂ ਦੀ ਮਾੜੀ ਨੀਅਤ ਹੋਣ ਕਰਕੇ ਜੋ ਅਧਿਕਾਰ ਨੇ ਉਹ ਬਹੁਤ ਲੋਕਾਂ ਤੋਂ ਖੋਏ ਗਏ ਨੇ, ਅੱਜ ਵੀ ਖੋਏ ਜਾ ਰਹੇ ਨੇ। ਜਿਵੇਂ ਤੁਸੀਂ ਆਮ ਹੀ ਖਬਰਾਂ ਦੇ ਵਿੱਚ ਵੀ ਪੜ੍ਹਦੇ ਹੋ ਕਿ ਜੋ ਨਾਬਾਲਗ ਬੱਚੀਆਂ ਨੇ ਉਹਨਾਂ ਦੇ ਨਾਲ ਵੀ ਬਲਾਤਕਾਰ ਕੀਤੇ ਜਾ ਰਹੇ ਨੇ, ਪਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲ ਰਹੀਆਂ। ਜਾਤੀਵਾਦ 'ਤੇ ਜੋ ਸੁਸਾਇਟੀ ਨੂੰ ਵੰਡਿਆ ਗਿਆ ਹੈ, ਉਹ ਜ਼ੰਜੀਰਾਂ ਅਜੇ ਵੀ ਗੁਲਾਮੀ ਦੀਆਂ ਪੂਰੇ ਤਰੀਕੇ ਨਾਲ ਟੁੱਟੀਆਂ ਨਹੀਂ ਨੇ। ਅਤੇ ਸਾਡੇ ਅੱਜ ਜੋ ਗੈਸਟ ਆਏ ਨੇ ਪਰਮਜੀਤ ਸਿੰਘ ਹੋਣੀ, ਇਹਨਾਂ ਤੋਂ ਅਸੀਂ ਪੁੱਛਦੇ ਹਾਂ ਕਿ ਜਿਹੜੀ ਵਿਚਾਰ ਚਰਚਾ ਤੁਸੀਂ ਸਾਡੇ ਨਾਲ ਕਰ ਰਹੇ ਸੀਗੇ, ਜੋ ਆਪਣੀ ਡਿਸਕਸ਼ਨ ਚੱਲ ਰਹੀ ਹੈ, ਕਿ ਜੋ ਬ੍ਰਿਟਿਸ਼ ਸੀਗੇ ਉਹ ਕੈਸਟ ਬੇਸਡ ਉਹਨਾਂ ਨੇ ਸੈਂਸਸ ਕਰਵਾਇਆ, ਪਰ 1947 ਤੋਂ ਬਾਅਦ ਉਹ ਕੈਸਟ ਬੇਸ ਸੈਂਸਸ ਨਹੀਂ ਹੋਇਆ। ਇਹਦਾ ਮਤਲਬ ਹੈ ਕਿ ਜੋ ਬ੍ਰਾਹਮਣ ਹੈ ਉਹਦੀ ਇਸ ਦੇ ਵਿੱਚ ਮਾੜੀ ਨੀਅਤ ਹੈ, ਮਾੜੀ ਨੀਤੀ ਹੈ, ਕਿ ਜੋ ਜਿਵੇਂ ਤੁਸੀਂ ਦੱਸਿਆ ਸਾਨੂੰ ਚਾਨਣਾ ਪਾਇਆ ਕਿ ਜੋ ਕੈਸਟ ਸਿਸਟਮ ਹੈ ਉਹਦੇ ਬੇਸਡ ਜੋ ਛੋਟੀ ਜਾਤੀ ਜਿਹਨਾਂ ਨੂੰ ਉਹ ਕਹਿੰਦਾ ਹੈ, ਉਹ ਲੋਕਾਂ ਨੂੰ ਪਤਾ ਨਾ ਲੱਗ ਸਕੇ ਕਿ ਉਹਨਾਂ ਦੀ ਸਟਰੈਂਥ ਕਿੰਨੀ ਹੈ, ਉਹਨਾਂ ਦੀ ਆਬਾਦੀ ਕਿੰਨੀ ਹੈ। ਸੋ ਉਸਦੇ ਬਾਰੇ ਹੋਰ ਥੋੜ੍ਹਾ ਚਾਨਣਾ ਪਾਓ ਕਿ ਬ੍ਰਿਟਿਸ਼ ਜਿਹੜੇ ਸੀਗੇ ਉਹ ਇਹਨਾਂ ਦੇ ਅਗੇਂਸਟ ਕਿਵੇਂ ਚੱਲੇ ਬ੍ਰਾਹਮਣਾਂ ਦੇ, ਜੋ ਭਾਵੇਂ ਕਿ ਉਹਨਾਂ ਨੇ ਪੂਰੇ ਭਾਰਤ ਨੂੰ ਗੁਲਾਮ, ਪੂਰੇ ਮਤਲਬ ਕਹਿ ਲਓ ਸਾਊਥ ਏਸ਼ੀਆ ਨੂੰ ਗੁਲਾਮ ਬਣਾ ਕੇ ਰੱਖਿਆ, ਪਰ ਇਹਨਾਂ ਦੀ ਜਿਹੜੀ ਨੀਤੀ ਸੀਗੀ ਉਹਨਾਂ ਦੀਆਂ ਥੋੜ੍ਹੀਆਂ ਕਟੌਤੀਆਂ ਉਹਨਾਂ ਨੇ ਕਿਵੇਂ ਕੀਤੀਆਂ? ਦੇਖੋ, ਜਦੋਂ ਅੰਗਰੇਜ਼ ਆਏ ਹੈ ਤਾਂ ਖੁਦ ਉਹਨਾਂ ਨੇ ਸਭ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਸਾਰੇ ਗ੍ਰੰਥ ਸੀ ਸੰਸਕ੍ਰਿਤ ਦੇ ਵਿੱਚ, ਸੰਸਕ੍ਰਿਤ ਵਿੱਚ ਉਹਨਾਂ ਨੂੰ ਟਰਾਂਸਲੇਟ ਕੀਤਾ ਹੈਗਾ ਇੰਗਲਿਸ਼ ਦੇ ਵਿੱਚ, ਤਾਂ ਕਿ ਅਸ ਇਹ ਕਿਉਂਕਿ ਜੋ ਵੀ ਉਹਨਾਂ ਨੂੰ ਇੱਥੇ ਦਾ ਰਿਟਰਨ ਮਿਲਿਆ, ਕਿਉਂਕਿ ਉਹ ਐਜੂਕੇਸ਼ਨ ਉਹਨਾਂ ਕੋਲ ਪਹਿਲਾਂ ਜਾ ਚੁੱਕੀ ਸੀਗੀ, ਉਹ ਐਜੂਕੇਸ਼ਨ ਦੇ ਸਿਰ 'ਤੇ ਹੀ ਉਹ ਗ੍ਰੰਥਾਂ ਦੇ ਤੁਸੀਂ ਸਾਡੇ ਵਿਊਅਰਸ ਦੇ ਨਾਲ ਨਾਮ ਸ਼ੇਅਰ ਕਰ ਸਕਦੇ ਹੋ ਕਿਹੜੇ ਗ੍ਰੰਥਾਂ ਦੀ? ਹਾਂਜੀ, ਉਹਨਾਂ ਦੇ ਸਾਰੇ ਵੇਦ ਜਿਹੜੇ, ਹਾਂਜੀ ਮੈਂ ਉਹਨਾਂ ਦੀ ਇੰਗਲਿਸ਼ ਟਰਾਂਸਲੇਸ਼ਨ ਵਿੱਚ ਕਿਤੇ ਪੜ੍ਹੀ ਹੈ, ਠੀਕ ਹੈ, ਅਤੇ ਉਹ ਸਾਰੇ ਉਹਨਾਂ ਨੇ ਸਾਰੇ ਟਰਾਂਸਲੇਸ਼ਨ ਕੀਤੀ ਹੈ, ਉਹਨਾਂ ਨੇ ਇੱਕ ਕੋਈ ਵੀ ਇੱਦਾਂ ਗੀਤਾ ਤੋਂ ਲੈ ਕੇ ਉਹਨਾਂ ਨੇ ਕੋਈ ਵੀ ਇੱਦਾਂ ਦਾ ਗ੍ਰੰਥ ਨਹੀਂ, ਕਿਉਂਕਿ ਉਹ ਜਦੋਂ ਤੁਸੀਂ ਦੂਸਰੀ ਕੰਟਰੀ 'ਚ ਜਾਣਾ, ਉੱਥੇ ਤੁਸੀਂ ਰੂਲ ਕਰਨਾ, ਤੁਹਾਨੂੰ ਉਹਦੇ ਪੂਰਾ ਤੁਹਾਨੂੰ ਯੂ ਹੈਵ ਟੂ ਹੈਵ ਦਾ ਨੌਲੇਜ ਆਫ ਕਿ ਉੱਥੇ ਕੀ ਸਿਸਟਮ ਚੱਲ ਰਿਹਾ ਅਤੇ ਕਿੱਦਾਂ ਅਸੀਂ ਉਹਨਾਂ ਨੂੰ ਹੋਰ ਉਸ ਸਿਸਟਮ ਦਾ ਯੂਜ ਕਰਦੇ ਹੋਏ, ਪੋਲੀਟੀਕਲ ਸੋਸ਼ਲ ਸਿਸਟਮ ਸਾਰੇ ਉਹਨਾਂ ਨੇ ਸਟੱਡੀ ਕੀਤੇ ਉਹਨਾਂ ਨੇ। ਹਾਂਜੀ ਬਿਲਕੁਲ, ਮੈਕਸ ਮਿਲਰ ਕਰਕੇ ਨਾਮ ਹੈ, ਉਹਨਾਂ ਨੇ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਹੈ ਇਸ ਦੇ ਵਿੱਚ। ਹੋਰ ਵੀ ਕਈ ਅੰਗਰੇਜ਼ ਵਿਦਵਾਨ ਹੈਗੇ ਆ ਜਿਨ੍ਹਾਂ ਨੇ ਇਹਨਾਂ ਨੂੰ ਇਸ ਟਰਾਂਸਲੇਸ਼ਨ ਕੀਤੀ ਹੈ ਤਾਂ ਕਿ ਉਹ ਇਹਨਾਂ ਨੂੰ ਸਮਝ ਸਕਣ, ਅਤੇ ਬਾਕੀ ਕਈ ਜਿਹੜੇ ਹੋਰ ਆਪਣੇ ਐਜੂਕੇਟਡ ਹੋਣਗੇ ਉਸ ਟਾਈਮ ਦੇ ਲੀਡ, ਉਹਨਾਂ ਨੇ ਵੀ ਹੈਲਪ ਕੀਤੀ ਹੋਗੀ ਇਹਨਾਂ ਨੂੰ ਉਸ ਨੂੰ ਟਰਾਂਸਲੇਸ਼ਨ ਕਰਨ ਦੇ ਵਿੱਚ। ਅਤੇ ਪਰ ਉਹਨਾਂ ਦਾ ਮੇਨ ਮਕਸਦ ਤਾਂ ਸਿਰਫ, ਦੇਖੋ ਜਦੋਂ ਅਲੀਟ ਨੇ, ਜਦੋਂ ਸਾਡੇ ਜਿਹੜੇ ਇੰਡੀਆ ਦੇ ਅਲੀਟ ਸੀ ਬ੍ਰਾਹਮਣ ਸੀਗੇ, ਉਹਨਾਂ ਨੇ ਵੀ ਇਹ ਸਿਰਫ ਰੂਲ ਕਰਨ ਲਈ ਹੀ ਸੀ, ਜਿਹੜਾ ਕਾਸਟ ਸਿਸਟਮ ਬਣਿਆ ਉਹ ਰੂਲ ਕਰਨ ਲਈ ਸੀ ਕਿ ਹਾਓ ਦੇ ਕੈਨ ਰੂਲ ਔਨ ਮਾਸਿਸ, ਬਿਕੋਜ਼ ਬ੍ਰਾਹਮਣ ਦੀ ਜਿਹੜੀ ਪਾਪੂਲੇਸ਼ਨ ਹੈ ਇੰਡੀਆ ਦੇ ਵਿੱਚ ਤਕਰੀਬਨ 2% ਹੈ ਜਾਂ ਉਸ ਤੋਂ ਵੀ ਘੱਟ ਹੈ। ਅੱਛਾ ਜੀ, ਅੱਜ ਦੀ ਤਰੀਕ ਦੇ ਵਿੱਚ, ਅੱਜ ਦੀ ਤਰੀਕ ਦੇ ਵਿੱਚ ਵੀ ਇਹ 1931 ਦੀ ਸੈਂਸਸ ਤੋਂ ਤੁਹਾਨੂੰ ਆਈਡੀਆ ਲੱਗ ਜਾਂਦਾ ਸੀ ਸਿਰਫ ਉਸ ਨੂੰ ਹੀ ਉਮੀਦ ਕਰਕੇ, ਕਿਉਂਕਿ ਮੋਸਟਲੀ ਇਹ ਜਿਹੜੇ ਐਜੂਕੇਟਡ ਲੋਕ ਆ ਉਹ ਵੈਸੇ ਵੀ ਬੱਚੇ ਘੱਟ ਪੈਦਾ ਕਰਦੇ, ਜਿਹੜੇ ਅਨਐਜੂਕੇਟਡ ਥੱਲੇ ਉਹ ਵੈਸੇ ਵੀ ਉਹ ਪਾਪੂਲੇਸ਼ਨ 55% ਤਾਂ 1931 ਦੇ ਹਿਸਾਬ ਨਾਲ ਹੈ, ਪਰ ਹੋ ਸਕਦਾ ਹੁਣ ਤਾਂ ਇਹਨਾਂ ਦੀ ਹੋਰ ਜਿਹੜੇ ਥੱਲੇ ਵਾਲੇ, ਕਿਉਂਕਿ ਉਹਨਾਂ ਦੇ ਬੱਚੇ ਤੁਹਾਨੂੰ ਪਤਾ ਯੂ ਨੋ ਦੇ ਹੈ 5-6 ਕਿਡਸ, ਜਿਹੜੇ ਪੜ੍ਹੇ ਲਿਖੇ ਦੇ ਹੈ ਓਨਲੀ 1 or 2 ਕਿਡਸ, ਤਾਂ ਉਹਨਾਂ ਦੀ ਪਾਪੂਲੇਸ਼ਨ ਤਾਂ ਹੋਰ ਵੀ ਸ਼੍ਰਿੰਕ ਕਰ ਗਈ ਹੋਗੀ ਐਜ਼ ਪਰ ਦਾ 1931 ਦੀ ਜੇ ਸੈਂਸ, ਜੋ ਮੈਂ ਬੋਲ ਰਿਹਾ 1931 ਦੀ ਸੈਂਸਸ ਤੋਂ ਬੋਲ ਰਿਹਾ। ਪਰ ਇਹਨਾਂ ਨੇ ਇਹ ਜੋ ਵੀ ਇਹ ਸਿਸਟਮ, ਜਦੋਂ ਵੀ ਕੋਈ ਦੂਸਰੀ ਕੰਟਰੀ 'ਚ ਰੂਲ ਕਰਨ ਜਾਂਦਾ ਹੈ ਜਾਂ ਸਾਡੀ ਕੰਟਰੀ ਦੇ ਵਿੱਚ ਕੋਈ ਰੂਲ ਕਰ ਰਿਹਾ, ਉਹ ਦੇ ਆਰ ਆਲਵੇਜ਼ ਟਰਾਇੰਗ ਟੂ ਫਾਈਂਡ ਦਾ ਈਜ਼ੀ ਵੇ ਟੂ ਰੂਲ, ਵਟ ਇਜ਼ ਦਾ ਈਜ਼ੀ ਵੇ ਟੂ ਰੂਲ। ਬਿਲਕੁਲ, ਇਨ ਇੰਡੀਆ ਦੇ ਵਿੱਚ ਈਜ਼ੀ ਵੇ ਟੂ ਰੂਲ ਐਜ਼ ਦੇ ਫਿਗਰ ਇਟ ਆਊਟ ਕਿ 90% ਆਫ ਦਾ ਪਾਪੂਲੇਸ਼ਨ ਨੂੰ ਤੁਸੀਂ ਐਜੂਕੇਸ਼ਨ ਨਾ ਦਿਓ, ਉਹਨਾਂ ਨੂੰ ਪ੍ਰੋਪਰਟੀ ਦਾ ਰਾਈਟ ਨਾ ਦਿਓ, ਅਤੇ ਜਦ ਤੁਸੀਂ ਉਹਨਾਂ ਕੋਲ ਐਜੂਕੇਸ਼ਨ ਨਹੀਂ ਹੈ ਤੁਸੀਂ ਉਹਨਾਂ ਨੂੰ ਕਿਸੇ ਪਾਸੇ ਵੀ ਬਗਾਰੀ ਦੇ ਲਈ ਜਾਂ ਛੋਟੇ ਕੰਮਾਂ ਦੇ ਲਈ ਕਿਸੇ ਪਾਸੇ ਵੀ ਤੁਸੀਂ ਜੋ ਮਰਜ਼ੀ ਉਹਨਾਂ ਤੋਂ ਕਰਵਾ ਸਕਦੇ ਹਾਂ। ਜਿਹੜਾ ਕਿ ਅਸੀਂ ਅੱਜ ਵੀ ਦੇਖਦੇ ਹਾਂ ਕਿ ਗਰੀਬ ਨੂੰ ਤੁਸੀਂ ਇੱਕ ਸ਼ਰਾਬ ਦੀ ਬੋਤਲ ਜਾਂ ਸਿਰਫ ਸ਼ਾਮ ਨੂੰ 2-3 ਘੁੱਟ ਲਗਵਾ ਕੇ ਤੁਸੀਂ ਅਗਲੇ ਦਿਨ ਬੋਟਾ ਲਿਆ, ਮਤਲਬ ਉਹ ਇਹ ਸਿਸਟਮ ਪੁਰਾਣਾ ਹੀ ਉਹਨੂੰ ਥੋੜ੍ਹਾ, ਹਾਂਜੀ ਚੱਲਦਾ ਹੀ ਆ ਰਿਹਾ, ਉਹਨੂੰ ਥੋੜ੍ਹਾ ਜਿਹਾ ਹੁਣ ਮੋਡੀਫਾਈ ਹੋ ਗਿਆ ਹੈ, ਪਰ ਮਤਲਬ ਉਹਦਾ ਜਿਹੜਾ ਬੇਸ ਹੈ ਉਹ ਉੱਥੋਂ ਹੀ ਸ਼ੁਰੂ ਹੋਇਆ ਹੈ ਕਿ ਕਿੱਦਾਂ ਅਸੀਂ ਇਹਨਾਂ ਲੋਕਾਂ ਨੂੰ ਐਜੂਕੇਸ਼ਨ, ਤੁਸੀਂ ਅੱਜ ਕੱਲ੍ਹ ਪਹਿਲਾਂ ਸਿੱਧਾ ਧੱਕਾ ਸੀਗਾ, ਹੁਣ ਥੋੜ੍ਹੀ ਜਿਹੀ ਉਹਨਾਂ ਘੁੰਡੀ ਵਿੱਚ ਹੋਰ ਪਾ ਲਈ ਹੈ ਕਿ ਜੀ ਵੋਟਾਂ ਲੈਂਦੇ ਹਾਂ, ਡੈਮੋਕ੍ਰੇਸੀ ਆ, ਪਰ ਜਦੋਂ ਵੋਟ ਪਈ ਦੀ ਇੱਕ ਸ਼ਰਾਬ ਦੀ ਬੋਤਲ ਦੇ ਬਦਲਿਆ ਤਾਂ ਉਹ ਬੰਦਾ ਆਪਣਾ ਭਵਿੱਖ ਕੀ ਬਣਾਏਗਾ? ਬਿਲਕੁਲ ਬਿਲਕੁਲ, ਹਾਂਜੀ ਬਿਲਕੁਲ। ਅਤੇ ਇਹ ਜਦੋਂ
ਜਿਹੜਾ ਆਪਣਾ ਲੀਡ ਸੀਗਾ ਉਹਨਾਂ ਨੇ ਕਦੀ ਵੀ ਕਿਸੇ ਵੀ ਮੁਸਲਮਾਨ ਦੇ ਖਿਲਾਫ਼ ਕਦੀ ਵੀ ਕੋਈ ਬਗਾਵਤ ਨਹੀਂ ਕੀਤੀ, ਕੋਈ ਇੱਕ ਛੁੱਟ ਇੱਕ ਦੋ ਬਗਾਵਤਾਂ ਕਿਸੇ ਮੁਸਲਮਾਨ ਤੋਂ ਭਾਵ ਤੁਸੀਂ ਮੁਗਲਾਂ ਦੀ ਗੱਲ, ਮੁਗਲਾਂ ਦੀ ਜਿਹੜੇ ਰੂਲਿੰਗ ਕਲਾਸ, ਹਾਂਜੀ ਹਾਂਜੀ, ਉਸ ਤੋਂ ਮੁਗਲਾਂ ਤੋਂ ਪਹਿਲਾਂ ਵੀ ਜਿਹੜੇ ਆਪਣੇ ਹੋਰ ਵੀ ਮੁਸਲਮਾਨ ਦਾ ਜਿਹੜਾ ਸਭ ਤੋਂ ਪਹਿਲਾਂ ਜਿਹੜੀ ਐਂਟਰੈਂਸ ਇੰਡੀਆ ਦੇ ਵਿੱਚ 8ਵੀਂ ਸਦੀ ਦੇ ਵਿੱਚ ਹੋ ਗਈ ਸੀ, ਮੁਹੰਮਦ ਬਿਨ ਕਾਸਿਮ 800 ਸਮਥਿੰਗ ਦੇ ਵਿੱਚ ਉਹਨਾਂ ਨੇ ਅਟੈਕ ਸ਼ੁਰੂ ਕੀਤਾ। ਉਸ ਤੋਂ ਬਾਅਦ ਇਹ ਸ਼ੁਰੂ ਹੋ ਗਿਆ। ਮੁਗਲ ਤਾਂ ਫਿਰ ਇਹ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਟਾਈਮ ਦੇ ਵਿੱਚ ਆਇਆ। ਉਸ ਤੋਂ ਪਹਿਲਾਂ ਕਾਫ਼ੀ ਬਾਬਰ ਲੈ ਕੇ ਆਇਆ, ਹਾਂਜੀ ਹਾਂਜੀ, ਉਸ ਤੋਂ ਪਹਿਲਾਂ ਤਾਂ ਮੁਸਲਮਾਨ ਕਾਫ਼ੀ ਟਾਈਮ ਤੋਂ ਇੰਡੀਆ ਦਾ ਇਹਨਾਂ ਨੇ ਅਤੇ ਅਟੈਕ ਕੀਤੇ ਆ, ਅਤੇ ਸਾਡੀ ਸੁਸਾਇਟੀ ਨੇ ਉਹਨਾਂ ਨੇ ਇੰਨਾ ਵੰਡਿਆ ਹੋਇਆ ਸੀ ਆਲਰੇਡੀ ਹੀ। ਮੰਨ ਲਓ ਕਿ ਅਸੀਂ ਵੀ ਅੱਜ ਵੀ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਜਦੋਂ 84 ਦੇ ਵਿੱਚ ਦੰਗੇ ਹੋਏ ਤਾਂ ਸਿੱਖਾਂ ਦੇ ਨਾਲ ਖੜ੍ਹਨ ਵਾਲਾ ਕੋਈ ਨਹੀਂ ਸੀ। ਮਾਫ਼ ਕਰਨਾ, ਇੱਥੇ ਮੈਂ ਇੱਕ ਥੋੜ੍ਹੀ ਜਿਹੀ ਦਰੁਸਤ ਕਰਵਾ ਦਿਆਂ ਕਿ ਇਹ ਜਿਹੜਾ ਦੰਗਾ ਵਰਡ ਹੈ ਇਹ ਬ੍ਰਾਹਮਣ ਦਾ ਹੀ ਵਰਤਿਆ ਹੋਇਆ। ਜਿਹੜਾ ਭਾਰਤੀ ਮੀਡੀਆ ਅੱਜ ਦੇ ਕੋਈ ਕਿਤੇ ਵੀ ਜਿੱਥੇ ਮੁਸਲਮਾਨ ਮਾਰਨੇ ਨੇ ਜਾਂ ਜਿੱਥੇ ਦਲਿਤ ਮਾਰਨੇ ਨੇ ਜਾਂ ਜਿੱਥੇ ਸਿੱਖ ਮਾਰਨੇ ਨੇ ਉੱਥੇ ਇਹ ਵਰਡ ਕਹਿ ਦਿੰਦੇ ਦੰਗਾ। ਦੰਗਾ ਨਹੀਂ ਹੁੰਦਾ ਇਹ, ਮੇਰੇ ਖਿਆਲ ਨਾਲ ਪਲੈਂਡ ਮੈਸੇਕਰ ਹੁੰਦਾ ਹੈ, ਬਿਲਕੁਲ ਕਤਲੇਆਮ ਹੁੰਦਾ ਹੈ। ਬਿਲਕੁਲ ਬਿਲਕੁਲ, ਇਹ ਗੱਲ ਨਾਲ ਤੁਸੀਂ ਸਹਿਮਤ ਹੋ? ਬਿਲਕੁਲ ਬਿਲਕੁਲ ਸਹੀ, ਜੋ 84 ਦਾ ਕਤਲੇਆਮ ਹੋਇਆ ਉਹਦੇ ਵਿੱਚ, ਹਾਂਜੀ ਕਰੋ ਆਪਣੇ। ਬਿਲਕੁਲ ਬਿਲਕੁਲ ਸਹੀ, ਬਿਲਕੁਲ ਸਹੀ, ਤੁਸੀਂ ਸਹੀ ਗੱਲ ਕੀਤੀ ਹੈ। ਕਿਉਂਕਿ ਸਾਡੀ ਸੁਸਾਇਟੀ ਦੇ ਵਿੱਚ ਜਦੋਂ ਮੈਂ ਇਹ ਪੂਰੀ ਥੋੜ੍ਹਾ ਕਾਸਟ ਦੇ ਵਿੱਚ ਹੋਰ ਡਿਟੇਲ 'ਚ ਮੈਂ ਜਦੋਂ ਪੜ੍ਹਿਆ ਤਾਂ ਉਹਦੇ ਵਿੱਚ ਤਕਰੀਬਨ ਸਿਰਫ ਸ਼ੂਦਰਾਂ ਦੇ ਵਿੱਚ ਹੀ ਤਕਰੀਬਨ ਕੋਈ 6,600 ਦੇ ਕਰੀਬ ਇੰਡੀਆ ਦੇ ਵਿੱਚ ਕਾਸਟ ਹੈ। ਅੱਛਾ ਜੀ, 6,800। ਓ ਬੀ ਸੀ ਦੇ ਵਿੱਚ ਅਰਾਊਂਡ ਕਲੋਜ਼ ਟੂ 4,000 ਦੇ ਕਰੀਬ ਕਾਸਟ ਹੈਗੀਆਂ ਨੇ ਸਿਰਫ ਓ ਬੀ ਸੀ ਦੇ ਵਿੱਚ, ਜਿਹੜੇ ਕਿ 55% ਇੰਡੀਆ ਦੇ ਪਾਪੂਲੇਸ਼ਨ ਹੈਗੀ। ਅਤੇ ਜਿਹੜੇ ਸ਼ਡਿਊਲ ਕਾਸਟ ਅਤੇ SC ST ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਤਕਰੀਬਨ ਕੋਈ ਅਰਾਊਂਡ 27 ਦੇ ਆਸ ਪਾਸ, ਸਾਰੇ ਲੇਬਲ ਵੀ ਇਹਨਾਂ ਦੇ ਹੀ ਲਾਏ ਹੋਏ ਨੇ, SC ਹੈ, OBC ਹੈ। ਹਾਂਜੀ, ਇਹ ਤਾਂ ਚਲੋ ਲੇਬਲ ਜਦੋਂ ਇਹ ਫਿਗਰ ਇਟ ਆਊਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਵੀ ਕਿਹੜੇ ਅਨਟੱਚੇਬਲਸ ਨੇ, ਤਾਂ ਫਿਰ ਉਹ ਜਦੋਂ ਉਹਨਾਂ ਦੇ ਉੱਤੇ ਸਟੱਡੀ ਕੀਤੀ ਗਈ ਤਾਂ ਉਹਨਾਂ ਨੂੰ ਕਹਿਤਾ ਕਿ ਇਹ ਸ਼ਡਿਊਲਡ ਹੈ, ਵੀ ਇਹ ਇੱਕ ਜਗ੍ਹਾ ਦਾ ਇੱਕ ਇਕੱਠ ਹੈ, ਸ਼ਡਿਊਲਡ ਕਾਸਟ, ਵੀ ਆਹ ਇਕੱਠ ਹੈ ਉਸ। ਤੁਹਾਨੂੰ ਕੋਈ ਇਹਦੇ ਪਿੱਛੇ ਕਾਰਨ ਕੋਈ ਨਜ਼ਰ ਆਉਂਦਾ ਹੈ ਕਿ ਇਹਨਾਂ ਨੇ ਜਿਹੜੇ ਸ਼ੂਦਰ ਵਰਗ ਆ ਉਹਨੂੰ ਵੀ ਟੱਚੇਬਲ ਅਤੇ ਅਨਟੱਚੇਬਲ ਦੇ ਵਿੱਚ ਕਿਉਂ ਵੰਡਿਆ ਹੋਇਆ ਜਾ ਸਕਦਾ? ਉਹਦੇ ਵਿੱਚ ਦੋ ਚੀਜ਼ਾਂ ਨੇ ਕਿ ਜਦੋਂ ਸ਼ੁਰੂ ਦੇ ਵਿੱਚ ਇੱਕੋ ਹੀ ਜਦੋਂ ਵੈਦਿਕ ਟਾਈਮਸ ਅੱਜ ਤੋਂ ਕੋਈ ਕਹਿ ਸਕਦੇ ਹਾਂ ਕਿ 2500-2600 ਸਾਲ ਪਹਿਲਾਂ ਦੇ ਵਿੱਚ ਸਿਰਫ 4 ਵਰਨ ਸੀਗੇ ਜੀ। ਉਦੋਂ ਕਾਸਟ ਸਿਸਟਮ ਹਾਲੇ ਕ੍ਰੀਏਟ ਨਹੀਂ ਸੀ ਹੋਈ, ਸਿਰਫ ਵਰਨ ਵਿਵਸਥਾ ਸੀਗੀ। ਜਿੱਦਾਂ ਨੰਬਰ 1 ਸਭ ਤੋਂ ਉੱਪਰ ਬ੍ਰਾਹਮਣ ਜੀ, ਦੂਜੇ ਦੇ ਉੱਤੇ ਖੱਤਰੀ ਜੀ, ਤੀਜੇ ਦੇ ਉੱਤੇ ਵੈਸ਼ ਜਿਹਨੂੰ ਬਾਣੀਆਂ ਕਹਿੰਦੇ ਹਾਂ, ਚੌਥੇ ਦੇ ਉੱਤੇ ਸ਼ੂਦਰ। ਉਦੋਂ ਜਦੋਂ ਇਹ ਸਿਰਫ ਵਰਨ ਸੀਗੇ ਉਦੋਂ ਬਣੇ ਹੋਏ, ਉਹਦੇ ਵਿੱਚ ਕੋਈ ਕਾਸਟ ਦੇ ਵਿੱਚ ਹਾਲੇ ਐਡ ਨਹੀਂ ਸੀ ਹੋਇਆ ਉਸ ਟਾਈਮ, ਵੀ ਕਾਸਟ ਨੂੰ ਹਾਲੇ ਡਿਫਾਈਨ ਨਹੀਂ, ਫਰਦਰ ਸਬ ਡਿਵਾਈਡ ਨਹੀਂ ਸੀ, ਸਬ ਡਿਵਾਈਡ ਨਹੀਂ ਸੀ ਕੀਤਾ ਗਿਆ, ਉਹਦੇ ਵਿੱਚ ਸਿਰਫ ਇਹ ਵਰਨ ਹੀ ਸੀ। ਅਤੇ ਉਸ ਟਾਈਮ ਦੇ ਵਿੱਚ ਅਰਾਊਂਡ 2500-2600 ਈਅਰਸ ਗੋ ਬੁੱਧਾ ਦਾ ਜਦੋਂ ਜਨਮ ਹੁੰਦਾ ਹੈ ਜੀ, ਉਹ ਸਭ ਤੋਂ ਵੱਡੀ ਬ੍ਰਾਹਮਣ ਇਸ ਜੋ ਕਾਸਟ ਜੋ ਇਹ ਵਰਨ ਵਿਵਸਥਾ ਸੀ ਉਹ 'ਚ ਸਭ ਤੋਂ ਜ਼ਿਆਦਾ ਉਹ ਸੱਟ ਮਾਰਦੇ ਆ। ਠੀਕ ਹੈ ਜੀ, ਕਿਉਂਕਿ ਉਹਨਾਂ ਇਸ ਗੱਲ ਦੀ ਨਿਖੇਧੀ ਕਰਦੇ ਨੇ, ਇਸ ਗੱਲ ਦੀ ਨਿਖੇਧੀ ਕਰਦੇ ਆ ਕਿ ਜੋ ਇਹ ਜੋ ਸਿਸਟਮ ਚੱਲ ਰਿਹਾ ਹੈ ਬਹੁਤ ਗਲਤ ਹੈ। ਅਤੇ ਉਹਨਾਂ ਦੇ ਜਿਹੜੇ ਉਸ ਜਿਹੜੀ ਐਜੂਕੇਸ਼ਨ ਤੋਂ ਲੈ ਕੇ ਜਿਹੜੇ ਪਹਿਲੇ ਜਿਹੜੇ ਬੁੱਧਿਸਟ ਜਿਹੜਾ ਕਿੰਗ ਅੱਗੇ ਤੋਂ ਬਣੇ ਆ ਜਾਂ ਅੱਗੇ ਜਾ ਕੇ ਉਹਨਾਂ ਨੇ ਹੋਰ ਫਲੋਰਿਸ਼ ਕੀਤਾ ਹੈ ਉਹ ਚੰਦਰਗੁਪਤ ਮੌਰੀਆ ਸੀ, ਜਿਨ੍ਹਾਂ ਦੇ ਕਿ ਚਾਣਕਿਆ ਜਿਹੜੇ ਕਿ ਬ੍ਰਾਹਮਣ ਸੀ ਉਹ ਗੁਰੂ ਸੀਗੇ, ਉਹ OBC ਦੇ ਵਿੱਚੋਂ ਸੀਗੇ। ਅਤੇ ਉਹ ਚੰਦਰਗੁਪਤ ਮੌਰੀਆ ਜਿਹੜੇ ਉਹ ਜਿਹੜੇ ਚੰਦਰਗੁਪਤ ਮੌਰੀਆ ਸੀਗੇ ਉਹ ਤੁਸੀਂ ਦੱਸਿਆ ਕਿ ਉਹ ਸੀਗੇ ਆਪਣੇ ਬੁੱਧ ਧਰਮ ਨੂੰ ਮੰਨਣ ਵਾਲੇ। ਹਾਂਜੀ, ਉਹ ਬੁੱਧ ਧਰਮ ਨੂੰ ਮੰਨਣ ਵਾਲੇ ਨਹੀਂ ਸੀ, ਵੀ ਉਹਨਾਂ ਦੇ ਜਿਹੜਾ ਗ੍ਰੈਂਡਸਨ ਅਸ਼ੋਕ ਸੀਗਾ ਉਹਨੇ ਬੁੱਧ ਧਰਮ ਨੂੰ ਜ਼ਿਆਦਾ ਫੈਲਾਇਆ, ਬਟ ਉਦੋਂ ਬੁੱਧ ਧਰਮ ਦਾ ਕਾਫ਼ੀ ਅਸਰ ਸੀਗਾ, ਇਨਫਲੂਐਂਸ ਸੀਗਾ ਉਸ ਏਰੀਆ ਦੇ ਵਿੱਚ, ਕਿਉਂਕਿ ਚੰਦਰਗੁਪਤ ਮੌਰੀਆ ਪਾਟਲੀਪੁੱਤਰ ਜਿਹਨੂੰ ਅੱਜ ਪਟਨਾ ਕਹਿੰਦੇ ਆ, ਅਤੇ ਜਿਹੜੇ ਮਹਾਤਮਾ ਬੁੱਧ ਸੀਗੇ ਉਹ ਵੀ ਉਹ ਪਟਨਾ ਦੇ ਏਰੀਏ ਜਾਂ ਉਹ ਨੇਪਾਲ ਜਾਂ ਪਟਨਾ ਦੇ ਏਰੀਏ ਦੇ ਵਿੱਚ ਉਹਨਾਂ ਦਾ, ਔਰ ਉਹ ਖੁਦ ਜੋ ਚੰਦਰਗੁਪਤ ਮੌਰੀਆ ਜਿਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਖੁਦ ਤੁਸੀਂ ਦੱਸਿਆ ਕਿ ਛੋਟੀ ਜਾਤੀ ਦੇ ਸੀਗੇ, ਬ੍ਰਾਹਮਣਵਾਦ ਦੇ ਅਕੋਰਡਿੰਗ ਜਿਹੜੀਆਂ ਉਹਨਾਂ ਨੇ ਜਾਤੀਆਂ ਬਣਾਈਆਂ। ਹਾਂਜੀ ਹਾਂਜੀ, ਉਹ ਸ਼ੂਦਰਾਂ ਦੇ ਵਿੱਚੋਂ ਸੀਗੇ, ਪਰ ਰਾਜ ਉਹਨਾਂ ਨੂੰ ਮਿਲ ਗਿਆ। ਹਾਂਜੀ, ਪਰ ਉਹਨਾਂ ਨੂੰ ਹੈਲਪ ਜੇ ਰਾਜ ਉਹਨਾਂ ਨੂੰ ਮਿਲਿਆ ਹੈਗਾ ਉਹਦਾ ਰੀਜ਼ਨ ਸਿਰਫ ਇਹੀ ਆ ਕਿ ਉਹ ਬ੍ਰਾਹਮਣ
ਜਿਹੜੇ ਉਹਨਾਂ ਦੇ ਗੁਰੂ ਸੀ ਉਹਨਾਂ ਨੇ ਉਹਦਾ ਸਾਥ ਦਿੱਤਾ, ਉਹ ਸੀ ਚੰਦਰ ਉਹ ਚਾਣਕੀਆ ਸੀਗੇ, ਉਹਨਾਂ ਨੇ ਹੈਲਪ ਕੀਤੀ, ਜਿਹਨਾਂ ਦੀ ਬੜੀ ਪ੍ਰਚਲਿਤ ਚਾਣਕੀਆ ਨੀਤੀ ਆਪਾਂ ਆਮ ਹੀ ਤੌਰ ਤੇ ਕਹਿ ਦਿੰਦੇ ਹਾਂ। ਉਹ ਉਹਨਾਂ ਦੇ ਬਲ ਤੇ ਹੀ ਬਣ ਸਕੇ ਕਿਉਂਕਿ ਉਹ ਕਾਸਟ ਵਿੱਚ ਹਾਇਰ ਸੀਗੇ, ਤੇ ਜਦੋਂ ਬ੍ਰਾਹਮਣ ਨੇ ਕਿਹਾ ਕਿ ਮੈਂ ਇਹਨੂੰ ਬਣਾਉਣਾ ਚਾਹਨਾ ਹੈ, ਤੇ ਉਹ ਫਿਰ ਲੋਕਾਂ ਦੇ ਵਿੱਚ ਉਹ ਉਹਨਾਂ ਨੂੰ ਬਣਨ ਦਾ ਮੌਕਾ ਮਿਲਿਆ ਉਸ ਟਾਈਮ ਦੇ ਵਿੱਚ, ਕਿਉਂਕਿ ਉਦੋਂ ਹਾਲੇ ਕਾਸਟ ਸਿਸਟਮ ਹਾਲੇ ਕ੍ਰੀਏਟ ਨਹੀਂ ਸੀ ਹੋਇਆ, ਹਾਲੇ ਇੰਨਾ ਡੀਪ ਨਹੀਂ ਸੀਗਾ। ਅੱਛਾ। ਤੇ ਉਹਨਾਂ ਦੇ ਆਸ਼ੀਰਵਾਦ ਤੇ ਜਾਂ ਉਹਨਾਂ ਦੀ ਜੋ ਉਹਨਾਂ ਨੇ ਐਜੂਕੇਸ਼ਨ ਬੇਸਿਕਲੀ ਉਹ ਲੈਣਾ ਤਾਂ ਆਪਣਾ ਬਦਲਾ ਲੈਣਾ ਚਾਹੁੰਦੇ ਸੀਗੇ, ਅਤੇ ਦੂਜਾ ਉਹ ਆਪਣੇ ਜਿੱਥੇ ਤੱਕ ਮੈਂ ਪੜਿਆ ਹੋਇਆ ਕਿ ਉਸ ਟਾਈਮ ਅਲੈਗਜ਼ੈਂਡਰ ਦੇ ਨੇ ਵੀ ਆਪਣੇ ਅਲੈਗਜ਼ੈਂਡਰ ਦਾ ਗ੍ਰੇਟ ਨੇ ਵੀ ਅਟੈਕ ਵਗੈਰਾ ਆ ਰਿਹਾ ਸੀਗਾ, ਤਾਂ ਹੀ ਵਾਂਟਡ ਟੂ ਕ੍ਰੀਏਟ ਅ ਸਟਰੋਂਗ ਇੰਡੀਆ ਜਿਹੜਾ ਕਿ ਉਸਨੂੰ ਉਹਦੇ ਖਿਲਾਫ਼ ਖੜਾ ਹੋ ਸਕੇ। ਚਾਣਕੀਆ ਬਣਾਉਣਾ ਚਾਹੁੰਦਾ ਸੀ ਤੇ ਥਰੂ ਉਹਨਾਂ ਨੇ ਉਸ, ਕਿਉਂਕਿ ਹੋਰ ਉਹਨਾਂ ਨੂੰ ਉਸ ਟਾਈਮ ਲੱਗਿਆ ਕਿ ਮੈਂ ਕੋਈ ਉਹਨਾਂ ਨੂੰ ਕੋਈ ਯੈਸ ਮੈਨ ਚਾਹੀਦਾ ਸੀਗਾ ਵੀ ਜਿਹੜਾ ਉਹਨਾਂ ਦੇ ਲਈ ਉਹਨਾਂ ਦੀ ਰਿਸਪੈਕਟ ਕਰੇ ਤੇ ਖੜ ਸਕੇ ਤੇ ਉਹਨਾਂ ਦੀ ਗੱਲ ਸੁਣ ਸਕੇ, ਤੇ ਉਹ ਉਹਨਾਂ ਨੇ ਉਹਨੂੰ ਕ੍ਰੀਏਟ ਕੀਤਾ। ਚਲੋ ਜੀ, ਮਨੁੱਖੀ ਅਧਿਕਾਰਾਂ ਦੀ ਜੋ ਇਤਿਹਾਸ ਹੈ, ਜੋ ਕਰੰਟ ਸਿਚੁਏਸ਼ਨ ਹੈ, ਜੋ ਅੱਜ ਵੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ, ਉਹਨਾਂ ਦੀ ਵਾਇਓਲੇਸ਼ਨਸ ਦੀ ਜੋ ਸਥਿਤੀ ਹੈ ਉਸਨੂੰ ਅਸੀਂ ਜਾਰੀ ਰੱਖਦੇ ਹਾਂ, ਔਰ ਉਸ ਤੋਂ ਪਹਿਲਾਂ ਅਸੀਂ ਲੈਂਦੇ ਹਾਂ ਇੱਕ ਹੋਰ ਛੋਟਾ ਜਿਹਾ ਬ੍ਰੇਕ। The reason we are so successful because client trust us. I've been doing this my whole life. My team is my wife, my office manager and my agents. We look forward to earn your business and we do speak your language. Thank you. Vijay Taneja of Elite Bollywood Entertainment Inc. and Velocity Commercial Investments Inc. present Dabang, the tour reloaded. Swagat nahi karoge ab. I'm Salman Khan. Hi everyone, this is Katrina Kaif. See me live 6 July, Washington at the Capital One Arena. But is baar zara swag ke saath. ਮਾਈ ਸ਼ੋਅ ਮਾਈ ਲਾਈਫ ਦੇ ਵਿੱਚ ਵਿਊਅਰਸ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ, ਔਰ ਅਸੀਂ ਗੱਲ ਜਾਰੀ ਕਰਦੇ ਹਾਂ ਹਿਊਮਨ ਰਾਈਟਸ ਦੀ, ਸਾਊਥ ਏਸ਼ੀਆ ਦੇ ਵਿੱਚ ਹਿਊਮਨ ਰਾਈਟਸ ਵਾਇਓਲੇਸ਼ਨਸ ਦੀ। ਭਾਅ ਜੀ, ਜਿਵੇਂ ਕਿ ਤੁਸੀਂ ਸਾਨੂੰ ਸ਼ੋਅ ਦੇ ਵਿੱਚ ਦੱਸਦੇ ਆ ਰਹੇ ਹੋ, ਹਿਊਮਨ ਰਾਈਟਸ ਦੀ ਗੱਲ ਹੁੰਦੀ ਹੈ, ਬੁੱਧਿਜ਼ਮ ਦੀ ਗੱਲ ਹੁੰਦੀ ਹੈ, ਔਰ ਉਸ ਦੇ ਨਾਲ ਜਿਵੇਂ ਕਿ ਤੁਸੀਂ ਕਹਿ ਲਓ ਕਿ ਉਦੋਂ ਤੁਸੀਂ ਦੱਸਿਆ ਜਿਹੜੇ ਵਰਨ ਸੀਗੇ ਇੰਨੇ ਜ਼ਿਆਦਾ ਵੰਡੇ ਨਹੀਂ, ਸਬ ਡਿਵਾਈਡ ਨਹੀਂ ਸੀ ਹੋਏ, ਚਾਰ ਮੇਨ ਵਰਨ ਸੀਗੇ। ਸੋ ਉਸ ਤੋਂ ਬਾਅਦ ਜਿਹੜੇ ਵਰਨਾ ਦੇ ਵਿੱਚ ਜਿਵੇਂ ਅੱਜ ਆਪਾਂ ਗੱਲ ਕਰਦੇ ਹਾਂ, ਸਭ ਡਿਵਾਈਡ ਕੀਤਾ, ਸ਼ੂਦਰਾਂ ਨੂੰ ਵੀ ਟੱਚਬਲ ਵਰਸਿਸ ਅਨਟੱਚਬਲ ਕਰ ਦਿੱਤਾ, ਅਤੇ ਹੋਰ ਛੋਟੀਆਂ ਛੋਟੀਆਂ ਜਾਤੀਆਂ ਜਿਹੜੀਆਂ ਗੋਤਾਂ ਇਹਨਾਂ ਨੇ ਬਣਾ ਦਿੱਤੀਆਂ। ਇਹ ਅਰਾਊਂਡ ਕਿਹੜੇ ਟਾਈਮ ਪੀਰੀਅਡ ਦੀ ਗੱਲ ਹੈ ਸਾਊਥ ਏਸ਼ੀਆ ਦੇ ਵਿੱਚ? ਓਕੇ, ਇਹ ਇੱਦਾਂ ਹੋਇਆ ਕਿ ਜਦੋਂ ਚੰਦਰਗੁਪਤ ਮੌਰੀਆ ਦਾ ਰਾਜ ਆਇਆ, ਫਿਰ ਉਹਨਾਂ ਦਾ ਰਾਜ ਸ਼ੁਰੂ ਹੋ ਗਿਆ, ਮੌਰੀਆ ਵੰਸ਼ ਨੂੰ ਕਿਹਾ ਜਾਂਦਾ ਹੈ, ਅਤੇ ਉਹਨਾਂ ਦਾ ਜਿਹੜਾ ਗ੍ਰੈਂਡ ਸਨ ਸੀ ਅਸ਼ੋਕ, ਉਹ ਇੱਕ ਅਜਿਹਾ ਸ਼ਖਸ ਸੀ ਜਿਹਨੇ ਬੁੱਧਿਜ਼ਮ ਨੂੰ ਕਾਫੀ ਇਨਫਲੂਐਂਸ ਕੀਤਾ। ਇਹ ਅੱਜ ਤੋਂ 250 BC ਦੇ ਆਸ ਪਾਸ ਦੀ ਗੱਲ ਹੈ, ਅੱਜ ਤੋਂ ਕੋਈ 2200-2300 ਸਾਲ ਪਹਿਲਾਂ ਦੀ ਗੱਲ, ਕਿ ਉਹਨੇ ਜਦੋਂ ਬੁੱਧ ਧਰਮ ਇੰਨਾ ਫੈਲਾ ਦਿੱਤਾ ਅਤੇ ਤਕਰੀਬਨ ਆਲ ਓਵਰ ਇੰਡੀਆ ਦੇ ਵਿੱਚ ਮਜੋਰਟੀ ਆਫ ਦ ਜਿਹੜੀ ਪਾਪੂਲੇਸ਼ਨ ਸੀਗੀ ਉਹ ਬੁੱਧਿਸਟ ਹੋ ਗਈ ਸੀਗੀ ਉਸ ਟਾਈਮ ਦੇ ਵਿੱਚ, ਠੀਕ ਹੈ। ਅਤੇ ਬੁੱਧਇਜ਼ਮ ਦਾ ਐਡਾ, ਕਿਉਂਕਿ ਅਸ਼ੋਕ ਇੱਕ ਅਜਿਹਾ ਕਿੰਗ ਹੈ ਇੰਡੀਆ ਦੇ ਵਿੱਚ ਜਿਹਦੇ ਜਿਹਨੇ ਕੋਲ ਅੱਜ ਤੱਕ ਦਾ ਸਭ ਤੋਂ ਵੱਡਾ ਲੈਂਡ ਸੀ ਇੰਡੀਆ ਦਾ, ਠੀਕ ਹੀ, ਮਤਲਬ ਅਫਗਾਨਿਸਤਾਨ ਤੋਂ ਲੈ ਕੇ ਥੱਲੇ ਤਾਮਿਲਨਾਡੂ ਤੱਕ ਤਕਰੀਬਨ ਉਹਦਾ ਪੂਰਾ, ਜਿਹੜਾ ਅੱਜ ਦਾ ਇੰਡੀਆ ਜਿਹੜਾ ਹੁਣ ਤਾਂ ਵੰਡ ਗਿਆ, ਪਾਕਿਸਤਾਨ ਹੋ ਗਿਆ, ਬੰਗਲਾਦੇਸ਼ ਹੋ ਗਿਆ, ਪਰ ਉਹਦੇ ਕੋਲ ਤਕਰੀਬਨ ਬਹੁਤ ਜ਼ਿਆਦਾ ਲੈਂਡ ਸੀਗਾ, ਅਤੇ ਹੀ ਵਾਜ਼ ਰੂਲ ਆਲ ਓਵਰ ਦਾ ਇੰਡੀਆ, ਅਤੇ ਉਹਨਾਂ ਨੇ ਉਹ ਪੂਰਾ ਬੁੱਧਿਜ਼ਮ ਨੂੰ ਫੈਲਾਇਆ ਉਸ ਟਾਈਮ ਦੇ ਵਿੱਚ ਜੀ। ਫਿਰ ਜਿਹੜੇ ਅਸ਼ੋਕ ਦਾ ਗ੍ਰੈਂਡ ਸਨ ਸੀਗੇ, ਜਿਹੜੇ ਕਿ ਚੰਦਰਗੁਪਤ ਮੌਰੀਆ ਦੀ 5ਵੀਂ 6ਵੀਂ ਪੀੜ੍ਹੀ ਸੀਗੇ ਉਹਦੇ ਵਿੱਚੋਂ, ਅਤੇ ਉਹ ਜਦੋਂ ਰਾਜ ਕਰ ਰਹੇ ਸੀ ਤਾਂ ਉਹਨਾਂ ਦਾ ਸੈਨਾਪਤੀ ਸੀਗਾ ਪੁਸ਼ਪ ਸੰਘ ਮਿੱਤਰ, ਇੱਦਾਂ ਉਹਨਾਂ ਦਾ ਨਾਂ ਪੂਰਾ ਐਗਜੈਕਟਲੀ ਮੈਨੂੰ ਯਾਦ ਨਹੀਂ, ਉਹ ਬ੍ਰਾਹਮਣ ਸੈਨਾਪਤੀ ਸੀਗਾ, ਅਤੇ ਉਹਨੇ ਉਸ ਰਾਜੇ ਨੂੰ ਮਾਰਿਆ, ਅਤੇ ਇਹ ਮੈਂ ਗੱਲ ਕਰ ਰਿਹਾ ਹੈਗਾ ਕਿ ਅਰਾਊਂਡ ਬ੍ਰਾਹਮਣ ਸੀਗਾ ਉਹ ਇੱਕ ਖੱਤਰੀ ਦਾ ਰੋਲ ਨਿਭਾ ਰਿਹਾ ਸੀ ਸੈਨਾਪਤੀ ਬਣ, ਹਾਂਜੀ, ਬ੍ਰਾਹਮਣ ਨੂੰ, ਕਿਉਂਕਿ ਇਹ ਅਲਾਊਡ ਹੈ ਕਿ ਉਹ ਖੱਤਰੀ ਵੀ ਬਣ ਸਕਦਾ ਹੈ, ਉਹ ਕੁਛ ਵੀ, ਉਹ ਕਿਸੇ ਵੀ ਮਤਲਬ ਪ੍ਰੋਫੈਸ਼ਨ 'ਚ ਜਾ ਸਕਦਾ, ਇਹ ਮਨੁਸਮ੍ਰਿਤੀ ਦੇ ਅਕੋਰਡਿੰਗ ਹੈ, ਹਾਂਜੀ ਹਾਂਜੀ, ਮਨੁਸਮ੍ਰਿਤੀ ਦੇ ਅਕੋਰਡਿੰਗਲੀ ਉਹ ਕੁਛ, ਉਹ ਕਿਸੇ ਵੀ ਜਾ ਸਕਦਾ, ਬਟ ਬਾਕੀ ਜਿਹੜੇ ਆ ਉਹ ਨਹੀਂ ਮੂਵ ਆਊਟ ਕਰ ਸਕਦੇ, ਠੀਕ ਹੈ। ਅਤੇ ਉਹ ਉਸ ਟਾਈਮ ਸੈਨਾਪਤੀ ਸੀਗਾ, ਅਤੇ ਸੈਨਾਪਤੀ ਨੇ ਉਹਨੂੰ ਆਪਣੇ ਰਾਜੇ ਨੂੰ ਮਾਰਿਆ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ
ਜਿਹੜੇ ਵੀ ਉਸ ਟਾਈਮ ਬੁੱਧ ਦੀ ਪਿਕਸ਼ ਸੀ, ਕਿਉਂਕਿ ਉਹ ਜਿਹੜਾ ਆਪਣਾ ਉਹਨਾਂ ਦਾ ਸਿਸਟਮ ਸੀ ਉਹ ਚਾਹੁੰਦੇ ਸੀਗੇ, ਕਿਉਂਕਿ ਹੁਣ ਉਹਨਾਂ ਦੇ ਹਾਲਾਤ ਜਿਹੜੇ ਸੀਗੇ ਉਹ ਉੱਦਾਂ ਦੇ ਨਹੀਂ ਰਹਿ ਗਏ ਸੀਗੇ, ਬ੍ਰਾਹਮਣ ਦਾ ਜਿਹੜੀ ਓਵਰਆਲ ਜਿਹੜੀ ਸੀਗੀ ਉਹਨਾਂ ਦੀ ਉਹ ਸੇ ਨਹੀਂ ਰਹਿ ਗਈ ਸੀ ਸੁਸਾਇਟੀ ਦੇ ਵਿੱਚ, ਕਿਉਂਕਿ ਹੁਣ ਉਹ ਦੂਸਰੇ ਕਿੰਗਸ ਦੇ ਵਿੱਚ ਜਾਂ ਹੋਰ ਆਮ ਲੋਕ, ਕਿਉਂਕਿ ਬੁੱਧਿਜ਼ਮ ਦੇ ਵਿੱਚ ਵੀ ਤੁਸੀਂ ਵਹਿਮਾਂ ਭਰਮਾਂ ਤੋਂ ਤੁਹਾਨੂੰ ਬਚਾਇਆ ਜਾਂਦਾ, ਠੀਕ ਵੀ ਉਹਦੇ 'ਚ ਇਹ ਉਹ ਆਪਣੇ ਮਨ ਨੂੰ ਕੰਟਰੋਲ ਕਰਨਾ ਜਾਂ ਮੈਡੀਟੇਸ਼ਨ ਉੱਤੇ ਜ਼ੋਰ ਦਿੰਦੇ ਆ, ਉਹ ਜਿਹੜੀਆਂ ਬਾਹਰਲੀਆਂ ਚੀਜ਼ਾਂ ਜਾਂ ਵਹਿਮਾਂ ਭਰਮਾਂ ਦਾ ਜਾਂ ਮੱਥੇ ਟੇਕਣੇ ਜਾਂ ਇੱਧਰ ਉੱਧਰ ਜਾਣਾ, ਅਤੇ ਉਹ ਉਹਦੇ 'ਚੋਂ ਦੂਰ ਰੱਖਦਾ ਹੈ, ਠੀਕ ਹੈ। ਅਤੇ ਉਹਨਾਂ ਦਾ ਜੋ ਇਹਨਾਂ ਦਾ ਜੋ ਬਿਜ਼ਨਸ ਸੀ ਉਹ ਠੱਪ ਸੀ ਤਕਰੀਬਨ, ਜਦੋਂ ਆਮ ਲੋਕਾਂ ਨੇ ਜਦੋਂ ਤੁਸੀਂ ਉੱਥੇ ਨਹੀਂ ਜਾਂਦੇ ਆ ਤਾਂ ਇਹਨਾਂ ਦੇ ਕੋਈ ਖੰਡਵਾਦ ਦੇ ਵਿੱਚ ਜਦੋਂ ਨਹੀਂ ਪੈਂਦੇ ਅਤੇ ਫਿਰ ਇਹਨਾਂ ਦਾ ਉਹ ਜਿਹੜਾ ਆਟੋਮੈਟਿਕਲੀ ਉਹ ਜਿਹੜਾ ਇਹਨਾਂ ਦਾ ਬਿਜ਼ਨਸ ਠੱਪ ਹੈ। ਅਤੇ ਕਿਉਂਕਿ ਜਿਹੜੀ ਇੱਕ ਇਹਨਾਂ ਦੀ ਸੇਹ ਸੀਗੀ ਵੀ ਅਸੀਂ ਨੰਬਰ ਐਜ਼ ਪਰ ਦਾ ਵਰਣ ਵਿਵਸਥਾ ਉਹ ਪਹਿਲੇ ਨੰਬਰ 'ਤੇ ਆ, ਉਹ ਉਹਨਾਂ ਨੂੰ ਪੁੱਛ ਨਹੀਂ ਸੀ ਕੋਈ ਰਿਹਾ, ਅਤੇ ਉਹਨਾਂ ਨੂੰ ਦੇ ਵਾਂਟ ਟੂ ਗੈਟ ਬੈਕ ਦੈਟ ਪਾਵਰ, ਉਹ ਸੱਤਾ 'ਚ ਵਾਪਸ ਆਉਣਾ ਚਾਹੁੰਦੇ ਸੀ, ਅਤੇ ਦੈਨ ਹੀ ਕਿਲਡ ਦਾ ਕਿੰਗ। ਅਤੇ ਉਸ ਤੋਂ ਬਾਅਦ ਫਿਰ ਜੋ ਵੀ ਬੁੱਧੂ ਭਿਕਸ਼ੂ ਆ ਇਹਨਾਂ ਨੇ ਅਟੈਕ ਕਰਨੇ ਸ਼ੁਰੂ ਕੀਤੇ, ਅਤੇ ਇਹ ਸੰਘਰਸ਼ ਜਿਹੜਾ ਬ੍ਰਾਹਮਣਿਜ਼ਮ ਦੇ ਵਿੱਚ ਜਾਂ ਜਿਹੜਾ ਬੁੱਧਿਸਟ ਦਾ ਜਿਹੜਾ ਸੰਘਰਸ਼ ਆ ਇਹ ਪੰਜਵੀਂ ਸਦੀ ਤੱਕ ਤਕਰੀਬਨ ਉਹ ਅਰਾਊਂਡ ਜਿਹੜੀ ਫਸਟ ਸੈਂਚਰੀ AD ਆਪਣੀ ਕਹਿ ਸਕਦੇ ਹਾਂ ਉਸ ਟਾਈਮ ਜਦੋਂ ਕਿ ਇਹ ਹੋਇਆ, ਅਤੇ ਇਹ ਤਕਰੀਬਨ 400-500 ਸਾਲ ਇਹ ਸੰਘਰਸ਼ ਚੱਲਦਾ ਰਿਹਾ। ਅਤੇ ਜਿਹੜਾ ਬ੍ਰਾਹਮਣਿਜ਼ਮ ਹੈ ਇਹਨੇ ਬੁੱਧਿਜ਼ਮ ਨੂੰ ਖਤਮ ਕਰਨ ਲਈ 400-500 ਸਾਲ ਲਾਏ। ਹਾਂਜੀ ਹਾਂਜੀ, ਇਹ ਪੂਰਾ ਜਿਹੜਾ ਕਿਉਂਕਿ ਉਸ ਤੋਂ ਬਾਅਦ ਵੀ ਕੁਛ, ਕਿਉਂਕਿ ਬੁੱਧਿਸਟ ਰਾਜੀ ਸੀਗੇ, ਤੁਸੀਂ ਇੱਕਦਮ ਹੀ ਤਾਂ ਸਾਰੀ ਕੰਟਰੀ ਦੇ ਵਿੱਚੋਂ ਤੁਸੀਂ ਇੱਕਦਮ ਨਹੀਂ ਵਾਈਪ ਆਊਟ ਕਰ ਸਕਦੇ। ਜੀ ਜੀ, ਅਤੇ ਇਟ ਵਿਲ ਟੇਕ ਸਮ ਟਾਈਮ, ਪਰ ਇਟ ਟੁੱਕ ਦੈਮ 400-500 ਈਅਰਸ ਅਪ ਟੂ 500 AD ਦੇ ਆਸ ਪਾਸ। ਜਿਹੜੇ ਲਾਸਟ ਮੇਰੇ ਖਿਆਲ ਬੁੱਧਿਸਟ ਕਿੰਗ ਸੀਗੇ ਉਹ ਮੇਰੇ ਖਿਆਲ ਹਰਸ਼ਵਰਧਨ ਸੀਗੇ, ਅਤੇ ਐਗਜੈਕਟਲੀ ਹੁਣ ਮੈਨੂੰ ਯਾਦ ਨਹੀਂ ਹੈਗਾ, ਬਟ ਉਹ 400-500 ਈਅਰਸ ਇਟ ਟੁੱਕ ਦੈਮ ਟੂ ਵਾਈਪ ਆਊਟ ਹੋਲ ਫਰੋਮ ਦਾ ਹੋਲ ਆਫ। ਅਤੇ ਉਹ ਜਦੋਂ ਬਾਅਦ ਜਿਹੜਾ ਇਹਨਾਂ ਨੇ ਆਪਣਾ ਸਕੰਜਾ ਹੋਰ ਟਾਈਟ ਕਰਨਾ ਸ਼ੁਰੂ, ਉਸ ਤੋਂ ਬਾਅਦ ਫਿਰ ਇਹਨਾਂ ਨੂੰ ਇਹ ਲੱਗਿਆ ਕਿ ਜਿਹੜੀ ਸਾਡੀ ਸੱਤਾ ਇੱਕ ਵਾਰੀ ਖੁੱਸ ਗਈ ਹੈ ਹੁਣ ਦੁਬਾਰਾ ਨਾ ਖੁੱਸੇ ਤਾਂ ਅਸੀਂ ਕੀ ਕਰੀਏ। ਦੈਨ ਅਰਾਊਂਡ ਇਹ ਅਰਾਊਂਡ 100 AD ਦੇ ਆਸ ਪਾਸ ਇਹਨਾਂ ਨੇ ਫਿਰ ਇਹ ਮਨੋਸਮ੍ਰਿਤੀ ਨੂੰ ਲਿਖਿਆ, ਅਤੇ ਮਨੂ ਉਹਨਾਂ ਦਾ ਸ਼ੋਰਟ ਨੇਮ ਸੀ, ਪੂਰਾ ਨਾਮ ਸ਼ਾਇਦ ਉਹਨਾਂ ਦਾ ਭਾਰਗਵ ਕੁਛ ਕਰਕੇ ਸੀਗਾ, ਅਤੇ ਉਹਨਾਂ ਨੇ ਇਹ ਮਨੋਸਮ੍ਰਿਤੀ ਨੂੰ ਲਿਖਿਆ। ਅਤੇ ਹੋਰ ਵੀ ਉਹ ਮੇ ਬੀ ਮੇਨ ਹੋਣਗੇ, ਹੋਰ ਵੀ ਬ੍ਰਾਹਮਣ ਹੋਣਗੇ ਜਿਹਨਾਂ ਨੇ। ਬਾਤ ਹੈ ਜੀ, ਸਾਊਥ ਏਸ਼ੀਆ ਦੇ ਵਿੱਚ ਕਿੰਨੀਆਂ ਹਕੂਮਤਾਂ ਆਈਆਂ, ਕਿੰਨੇ ਨਵੇਂ ਧਰਮ ਆਏ, ਕਿੰਨੀਆਂ ਨਵੀਆਂ ਸੋਸ਼ਲ ਮੂਵਮੈਂਟਸ ਚੱਲੀਆਂ, ਪਰ ਅੱਜ ਦੀ ਤਰੀਕ ਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਜੋ ਬ੍ਰਾਹਮਣਵਾਦ ਹੈ ਉਹ ਪੂਰੇ ਤਰੀਕੇ ਨਾਲ ਬੁਲੰਦ ਹੈ। ਜੇ ਅਸੀਂ ਹੁਣ ਦੀ ਸਥਿਤੀ ਉੱਥੇ ਦੇਖੀਏ, ਅੱਜ ਦੀ ਤਰੀਕ ਦੇ ਵਿੱਚ ਵੀ ਇੱਕ RSS ਵਰਗੀ ਔਰਗਨਾਈਜੇਸ਼ਨ ਜਿਹੜੀ ਹੈ ਉਹ ਆਪਣਾ ਪੋਲੀਟੀਕਲ ਵਿੰਗ BJP ਯੂਜ਼ ਕਰਕੇ ਔਰ 1.3 billion ਲੋਕਾਂ ਨੂੰ ਕਹਿ ਲਓ ਕਿ ਉਹਨੇ ਗੁਲਾਮ ਬਣਾਇਆ ਹੋਇਆ ਹੈ। ਜਿਵੇਂ ਤੁਸੀਂ ਦੱਸਿਆ ਕਿ ਬ੍ਰਾਹਮਣ ਦੀ ਜੋ ਹੈਗੀ ਆ ਆਪਣੀ ਪਾਪੂਲੇਸ਼ਨ ਉਹ ਸਿਰਫ 2% ਹੈ ਅੱਜ ਵੀ। ਉਹ ਜਿੱਥੋਂ ਤੱਕ ਮੈਂ ਦੇਖਦਾ ਕਿ ਸ਼ੂਦਰ ਵਰਗ ਦੇ ਲੋਕਾਂ ਨੂੰ ਜਾਂ ਹੋਰ ਵਰਗ ਦੇ ਲੋਕਾਂ ਨੂੰ ਵਰਤ ਕੇ ਮੂਹਰੇ ਲਿਆ ਕੇ ਆਪਣੀ ਨੀਤੀ ਜਿਹੜੀ ਆ ਉਹਨਾਂ ਨੇ ਕਾਇਮ ਕੀਤੀ ਹੋਈ ਹੈ। ਹੁਣ ਅਸੀਂ ਪਰਸਨਲ ਲਾਈਫ ਵੱਲੋਂ ਤੁਹਾਨੂੰ ਪੁੱਛਦੇ ਹਾਂ, ਕੋਈ ਐਸਾ ਇਵੈਂਟ ਹੋਇਆ ਹੋਵੇ ਤੁਹਾਡੀ ਲਾਈਫ ਦੇ ਵਿੱਚ ਜਿਹਨੇ ਤੁਹਾਨੂੰ ਹਿਊਮਨ ਰਾਈਟਸ ਦੇ ਬਾਰੇ ਸੋਚਣ ਲਈ ਮਜਬੂਰ ਕੀਤਾ ਹੋਵੇ ਜਾਂ ਇਸ ਪਾਸੇ ਲਈ ਤੁਹਾਨੂੰ ਇਨਕਰੇਜ ਕੀਤਾ ਹੋਵੇ? ਕੋਈ ਇੰਸਪੀਰੇਸ਼ਨ, ਕਿਸੇ ਖਾਸ ਜੋ ਸ਼ਖਸੀਅਤ ਹੈ ਉਸਦੇ ਨਾਲ ਕੋਈ ਮੀਟਿੰਗ ਹੋਈ ਹੋਵੇ? ਹਾਂਜੀ, ਸਭ ਤੋਂ ਪਹਿਲਾਂ ਮੈਨੂੰ ਇਹ ਐਕਚੁਲੀ ਮੈਂ ਥੋੜ੍ਹੀ ਪ੍ਰਿਵਲੇਜ ਲਾਈਫ ਜੀ ਹੈ ਪੰਜਾਬ ਦੇ ਵਿੱਚ ਆਪਣੇ ਫਾਦਰ ਦੀ ਵਜ੍ਹਾ ਕਰਕੇ ਜੀ, ਅਤੇ ਮੈਨੂੰ ਪਰ ਫਿਰ ਵੀ ਜਦੋਂ ਆਪਾਂ ਸੜਕ 'ਤੇ ਜਾਂਦੇ ਹਾਂ ਜਾਂ ਇੱਧਰ ਦੇਖਦੇ ਹਾਂ ਜਾਂ ਆਪਣੇ ਯੂ ਕੈਨ ਸੀ ਕਿ ਗਰੀਬੀ ਹਰੇਕ ਜਗ੍ਹਾ ਤੁਹਾਨੂੰ ਨਜ਼ਰ ਆਏਗੀ ਜੀ, ਅਤੇ ਉਹ ਮੈਨੂੰ ਹਮੇਸ਼ਾ ਹੀ ਉਸਦੇ ਬਾਰੇ ਮੇਰਾ ਦਿਲ ਹੁੰਦਾ ਸੀ ਕਿ ਮੈਂ ਕੋਈ ਹੈਲਪ ਕਰਾਂ, ਉਹਨਾਂ ਦੀ ਕਿਸੇ ਤਰ੍ਹਾਂ ਕੋਈ ਹੈਲਪ ਕਰ ਸਕਾਂ, ਅਤੇ ਉਹ ਮੇਰੇ ਮਨ 'ਚ ਹਮੇਸ਼ਾ ਹੀ ਹੁੰਦਾ ਸੀਗਾ। ਅਤੇ ਪਰ ਮੈਨੂੰ ਇਹ ਪੂਰਾ ਨਹੀਂ ਸੀ ਪਤਾ ਕਿ ਇਹਦੇ ਇਸ ਜਿਹੜੀ ਇਸ ਜੋ ਵੀ ਇਹ ਗਰੀਬੀ ਵੀ ਹੈ ਇੰਡੀਆ ਦੀ ਉਹ ਇੱਕ ਉਹਦੇ ਪਿੱਛੇ ਇੱਕ ਪੂਰੀ ਸਟੋਰੀ ਹੈ, ਅਤੇ ਕੁਛ ਪਰਟੀਕੁਲਰ ਲੋਕ ਹੀ ਹਮੇਸ਼ਾ ਗਰੀਬ ਰਹਿੰਦੇ ਆ, ਅਤੇ ਉਹ ਫਿਰ ਮੈਨੂੰ ਬਾਅਦ 'ਚੋਂ ਪੜ੍ਹਨ ਤੋਂ ਬਾਅਦ ਪਤਾ ਲੱਗਾ। ਪਰ ਮੇਨਲੀ ਜਦੋਂ ਪਹਿਲੀ ਤ੍ਰਾਸਦੀ ਜੋ ਮੈਨੂੰ ਜਦੋਂ ਮੇਰਾ ਦਿਲ ਮੈਂ ਤਕਲੀਫ ਲੱਗੀ ਜਦੋਂ ਮੈਨੂੰ ਇਹ ਹੋਈ ਹੈ ਕਿ ਜਦੋਂ 1984 ਦੇ ਵਿੱਚ ਦੰਗੇ ਹੋਏ ਸੀ, ਅਤੇ ਮੇਰਾ ਬਹੁਤ ਦੋਸਤ ਸੀਗਾ ਮਨਿੰਦਰ ਸਿੰਘ, ਉਹਨਾਂ ਦਾ ਬਹੁਤ ਖਾਸ ਮੇਰੀ ਅਸੀਂ ਉਦੋਂ ਮੇਰੇ ਖਿਆਲ ਮੈਂ 3rd or 4th 'ਚ ਪੜ੍ਹਦਾ ਹੋਵਾਂਗਾ, ਠੀਕ ਹੈ ਜੀ, ਅਤੇ ਉਹਨਾਂ ਦੀਆਂ ਫੈਮਿਲੀਜ਼ ਦਿੱਲੀ 'ਚ ਰਹਿੰਦੀਆਂ ਸੀਗੀਆਂ। ਅੱਛਾ ਜੀ, ਅਤੇ ਉਹਨਾਂ ਦੀ ਫੈਮਿਲੀਜ਼ ਦੇ ਉਹ ਜਦੋਂ ਕੁਛ ਲੋਕ ਉੱਥੋਂ ਬਚ ਕੇ ਆਏ ਤਾਂ ਉਹ ਆਪਣੀਆਂ ਸਟਰਗਲ ਦੀਆਂ ਸਟੋਰੀਆਂ ਸੁਣਾਉਂਦੇ ਸੀਗੇ ਤਾਂ ਕੀ ਹੋਇਆ ਕਿੱਦਾਂ, ਅਤੇ ਮੈਂ ਵੀ ਉਹਨਾਂ ਦੇ ਵਿੱਚ ਬੈਠਾ ਹੁੰਦਾ ਸੀਗਾ। ਅੱਛਾ, ਅਤੇ ਉਦੋਂ ਮੈਨੂੰ
ਪਹਿਲੀ ਵਾਰੀ ਥੋੜ੍ਹਾ ਜਿਹਾ ਇਹ ਝਟਕਾ ਲੱਗਿਆ ਵੀ ਇਹ ਆਪਣੀ ਕੰਟਰੀ 'ਚ ਇੱਦਾਂ ਹੋ ਰਿਹਾ ਹੈ ਅਤੇ ਕਿਉਂ ਹੋ ਰਿਹਾ ਹੈ। ਪਰ ਉਦੋਂ ਮੈਂ ਛੋਟਾ ਸੀ ਕਾਫੀ, 8 ਸਾਲ ਦਾ, 7-8 ਸਾਲ ਦਾ ਸੀ, ਮੈਨੂੰ ਬੋਲਾ, ਮੈਂ ਉਸ ਡਿਟੇਲ 'ਚ ਨਹੀਂ ਜਾ ਸਕਿਆ ਉਦੋਂ, ਪਰ ਮੇਰੇ ਮਨ 'ਚ ਇਹ ਗੱਲ ਰਹੀ ਹੈ ਵੀ ਇੱਦਾਂ ਇੱਦਾਂ ਕਿਉਂ ਹੋ ਰਿਹਾ ਹੈ। ਕਿਆ ਬਾਤ ਹੈ ਜੀ, ਮਿਹਰਬਾਨੀ ਭਾਅ ਜੀ ਪਰਮਜੀਤ ਸਿੰਘ, ਤੁਸੀਂ ਅੱਜ ਸਟੂਡੀਓ ਦੇ ਵਿੱਚ ਆਏ ਜਿੱਥੇ ਸਾਨੂੰ ਤੁਸੀਂ ਇਤਿਹਾਸ ਬਾਰੇ ਦੱਸਿਆ ਕਿ ਜਿਹੜੀਆਂ ਹਿਊਮਨ ਰਾਈਟਸ ਵਾਇਓਲੇਸ਼ਨਸ ਹੋ ਰਹੀਆਂ ਨੇ ਉਹ ਕਿੱਥੋਂ ਉਹਨਾਂ ਦੀ ਜੜ੍ਹ ਸ਼ੁਰੂ ਹੁੰਦੀ ਹੈ, ਕਿੱਥੇ ਅੱਜ ਤੱਕ ਅੱਜ ਉਹਨਾਂ ਦੀਆਂ ਸ਼ਾਖਾ ਜੋ ਨੇ ਉਹਨਾਂ ਦੀਆਂ ਬ੍ਰਾਂਚਿਸ ਫੈਲੀਆਂ ਹੋਈਆਂ ਨੇ, ਔਰ ਇੱਕ ਸਿੱਖ ਹੋਣ ਦੇ ਨਾਤੇ, ਇੱਕ ਸਿੱਖ ਜੋ ਥੋੜ੍ਹਾ ਇਤਿਹਾਸ ਪੜ੍ਹਿਆ ਹੈ ਉਸ 'ਤੇ ਮੈਂ ਵੀ ਚਾਨਣਾ ਪਾਉਂਦਾ ਹੈ ਕਿ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਆਏ, ਉਹਨਾਂ ਨੇ ਵੀ ਸਾਨੂੰ ਇਹੀ ਗੱਲ ਦੱਸੀ ਹੈ ਕਿ ਬਰਾਬਰਤਾ ਨੂੰ ਲੈ ਕੇ ਚੱਲਣਾ ਹੈ, ਔਰ ਬਰਾਬਰਤਾ ਇਕੱਲੀ ਵਰਗ ਦੀ ਨਹੀਂ ਹੈ, ਇਕੱਲੇ ਬੰਦਿਆਂ ਦੀ ਨਹੀਂ ਹੈ, ਉੱਥੇ ਨਾਲ ਨਾਲ ਜੈਂਡਰ ਇਕੁਆਲਿਟੀ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ। ਕਿਉਂਕਿ ਔਰਤ ਨੂੰ ਮਨੁਸਿਮ੍ਰਤੀ ਦੇ ਅਕੋਰਡਿੰਗਲੀ ਕਹਿ ਲਓ ਜਾਂ ਸਾਊਥ ਏਸ਼ੀਆ ਦਾ ਜੋ ਸੱਭਿਆਚਾਰ ਹੈ, ਕਲਚਰ ਹੈ, ਉਸ ਦੇ ਵਿੱਚ ਪੈਰ ਦੀ ਜੁੱਤੀ ਕਿਹਾ ਗਿਆ ਹੈ, ਨਰਕ ਦੀ ਪੌੜੀ ਕਿਹਾ ਗਿਆ ਹੈ, ਪਰ ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਜੋ ਹੈ ਉਹ ਆਵਾਜ਼ ਉਠਾਈ ਹੈ, ਉਹਨਾਂ ਨੇ ਕਿਹਾ ਹੈ ਕਿ ਜੋ ਇਸਤਰੀ ਹੈ ਇਹ ਰਾਜੇ ਨੂੰ ਵੀ ਜਨਮ ਦਿੰਦੀ ਹੈ, ਸੋ ਕਿਉਂ ਮੰਦਾ ਆਖੀ ਹੈ, ਇਹਨੂੰ ਜਿੱਤ ਜੰਮੈ ਰਾਜਾਨ, ਜੋ ਰਾਜਿਆਂ ਨੂੰ ਵੀ ਜਨਮ ਦਿੰਦੀ ਹੈ ਉਸ ਨੂੰ ਮਾੜਾ ਕਹਿਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਔਰ ਜੇ ਆਪਾਂ ਅੱਗੇ ਚੱਲੀਏ ਕਿ ਜੋ ਗੁਰੂ ਨਾਨਕ ਪਾਤਸ਼ਾਹ ਦੀ ਲੰਗਰ ਦੀ ਚਲਾਈ ਪ੍ਰਥਾ ਸੀਗੀ, ਜਦੋਂ ਮਾਤਾ ਖੀਵੀ ਜੀ ਦੀ ਗੱਲ ਆਉਂਦੀ ਹੈ ਤਾਂ ਲੰਗਰ ਕੰਪਲੀਟ ਨਹੀਂ ਹੁੰਦਾ, ਮਾਤਾ ਖੀਵੀ ਜੀ ਨੂੰ ਬਹੁਤ ਮਾਣ ਬਖਸ਼ਿਆ। ਫਿਰ ਉਸ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਦੇ ਵੇਲੇ ਉਹਨਾਂ ਨੇ ਜੋ ਸਤੀ ਦੀ ਪ੍ਰਥਾ ਹੈ ਉਹ ਵੀ ਖਤਮ ਕੀਤੀ ਹੈ, ਔਰ ਉਸ ਤੋਂ ਹੋਰ ਗਾਂ ਜਦੋਂ ਆਪਾਂ ਚੱਲਦੇ ਹਾਂ ਕਿ ਹਾਲਾਂਕਿ ਉਹਨਾਂ ਦੇ ਆਪਣੇ ਦੋ ਪੁੱਤਰ ਵੀ ਸੀਗੇ ਔਰ ਕਾਬਲ ਪੁੱਤਰ ਸੀਗੇ, ਪਰ ਫਿਰ ਵੀ ਉਹਨਾਂ ਨੇ ਧੀ ਦਾ ਜੋ ਪ੍ਰਾਹੁਣਾ ਹੈ ਗੁਰਗੱਦੀ ਜੋ ਹੈ ਗੁਣ ਵੇਖ ਕੇ ਅੱਗੇ ਉਹਨਾਂ ਨੂੰ ਦਿੱਤੀ ਜੀ। ਉਸ ਤੋਂ ਬਾਅਦ ਆਪਾਂ ਅੱਗੇ ਹੋਰ ਚੱਲਦੇ ਹਾਂ, ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦੇ ਬਾਰੇ ਤਾਂ ਆਪਣਾ ਜੋ ਮਰਜ਼ੀ ਕਹਿ ਲਈਏ, ਜਿੰਨੇ ਮਰਜ਼ੀ ਲਫ਼ਜ਼ ਯੂਜ਼ ਕਰ ਲਈਏ, ਪਰ ਜੋ ਉਹਨਾਂ ਦੀ ਕੁਰਬਾਨੀ ਹੈ, ਜੋ ਉਹਨਾਂ ਦੀ ਸ਼ਹਾਦਤ ਹੈ, ਉਸ ਦੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ। ਔਰ ਜਦੋਂ ਖਾਲਸੇ ਦਾ ਜਨਮ ਹੁੰਦਾ ਹੈ ਉੱਥੇ ਵੀ ਮਾਤਾ ਸਾਹਿਬ ਕੌਰ ਜੀ ਜੋ ਗੁਰੂ ਪਾਤਸ਼ਾਹ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਲ ਕੇ ਖਾਲਸਾ ਤਿਆਰ ਕਰਦੇ ਨੇ, ਜਿੱਥੇ ਆਪਣਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਖੰਡੇ ਦੀ ਪਹੁਲ ਤਿਆਰ ਕਰ ਰਹੇ ਨੇ, ਉੱਥੇ ਮਾਤਾ ਸਾਹਿਬ ਕੌਰ ਜੀ ਨਾਲ ਪਤਾਸੇ ਪਾ ਰਹੇ ਨੇ, ਔਰ ਸਿੰਘ ਬਣਾਇਆ ਹੈ, ਕੌਰ ਬਣਾਇਆ ਹੈ, ਜੋ ਕੌਰ ਹੈ ਉਹ ਵਿਆਹ ਤੋਂ ਪਹਿਲਾਂ ਵੀ ਕੌਰ ਹੈ, ਵਿਆਹ ਤੋਂ ਬਾਅਦ ਵੀ ਕੌਰ ਹੈ, ਇਹ ਇੱਕ ਚੀਜ਼ ਦਾ ਪ੍ਰਤੀਕ ਹੈ ਕਿ ਜਨਾਨੀ ਜੋ ਹੈ ਉਹ ਪਰਸਨਲ ਪ੍ਰੋਪਰਟੀ ਨਹੀਂ ਹੈ ਕਿਸੇ ਦੀ, ਜਿਸ ਦਾ ਟਾਈਟਲ ਵਿਆਹ ਤੋਂ ਬਾਅਦ ਜਿਹੜਾ ਉਹ ਚੇਂਜ ਹੋਏਗਾ। ਪਰ ਮੈਂ ਇਹਦੇ ਨਾਲ ਨਾਲ ਆਪਣੇ ਵਿਊਅਰਸ ਨੂੰ ਇਹ ਵੀ ਬੇਨਤੀ ਕਰ ਦੇਣੀ ਚਾਹੁੰਦਾ, ਕਿਉਂਕਿ ਅਸੀਂ ਬਾਹਲੇ ਜ਼ਿਆਦਾ ਸਿੱਖ ਧਰਮ ਦੇ ਨਾਲ ਸੰਪਰਕ ਰੱਖਦੇ ਹਾਂ, ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ, ਕਿ ਜੋ ਸਾਡੇ ਗੁਰੂ ਨੇ ਸਾਨੂੰ ਮਾਰਗ ਦਿਖਾਇਆ ਹੈ ਉਸ ਮਾਰਗ ਤੋਂ ਅਸੀਂ ਥਿਰਕ ਰਹੇ ਹਾਂ, ਉਸ ਮਾਰਗ 'ਤੇ ਅਸੀਂ ਪੂਰੀ ਤਰ੍ਹਾਂ ਨਾਲ ਪਹਿਰਾ ਨਹੀਂ ਦੇ ਰਹੇ, ਕਿਉਂਕਿ ਅੱਜ ਵੀ ਜਦੋਂ ਦੇਖਿਆ ਜਾਂਦਾ ਹੈ ਕਿ ਜਾਤ ਪਾਤ ਦੇ ਨਾਮ 'ਤੇ ਗੁਰਦੁਆਰਾ ਸਾਹਿਬ ਜਾਂ ਸ਼ਮਸ਼ਾਨ ਘਾਟ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਬਣਾਏ ਜਾ ਰਹੇ ਨੇ, ਗੁਰਦੁਆਰਾ ਸਾਹਿਬ ਪੰਜਾਬ ਤੋਂ ਬਾਹਰ ਵੀ, ਇੰਡੀਆ ਤੋਂ ਬਾਹਰ ਵੀ ਆ ਕੇ ਜਾਤ ਪਾਤ ਦੇ ਨਾਮ 'ਤੇ ਬਣਾਏ ਜਾ ਰਹੇ ਨੇ, ਜਿੱਥੇ ਇੱਕ ਗੁਰੂ ਘਰ ਬਣਾਉਣਾ ਜਿੰਨਾ ਹੀ ਚੰਗਾ ਕੰਮ ਹੈ ਉਨਾ ਹੀ ਬੁਰਾ, ਉਹਨੂੰ ਜਾਤ ਪਾਤ ਦੇ ਨਾਮ 'ਤੇ ਵੰਡਣਾ ਬੁਰਾ ਹੈ। ਔਰ ਇਸ ਚੀਜ਼ ਦੀ ਮੈਂ ਸਖ਼ਤ ਨਿਖੇਧੀ ਕਰਦਾ ਹਾਂ ਕਿ ਸਾਨੂੰ ਜਦੋਂ ਰਿਸ਼ਤੇ ਕਰਦੇ ਹਾਂ ਜਾਂ ਜਦੋਂ ਅਸੀਂ ਕੋਈ ਕਿਸੇ ਨਾਲ ਆਪਣਾ ਦੋਸਤੀ ਪਾਉਂਦੇ ਹਾਂ ਤਾਂ ਉਸ ਦੇ ਵਿੱਚ ਜਾਤ ਪਾਤ ਨਹੀਂ ਰੱਖਣੀ ਚਾਹੀਦੀ, ਗੁਰੂ ਦੀ ਸੋਚ 'ਤੇ ਪਹਿਰਾ ਦੇਣਾ ਚਾਹੀਦਾ ਹੈ। ਜਿਵੇਂ ਕਿ ਅਸੀਂ ਦੇਖਿਆ ਕਿ ਇਹਨਾਂ ਨੇ ਜੋ ਬੁੱਧਿਜ਼ਮ ਦਾ ਇਨਫਲੂਐਂਸ ਸੀਗਾ ਉਹ ਬ੍ਰਾਹਮਣਾਂ ਨੇ 500 ਸਾਲ ਲਾ ਕੇ ਅਤੇ ਖਤਮ ਕੀਤਾ, ਔਰ ਲਗਭਗ 500 ਹੀ ਸਾਲ ਸਿੱਖੀ ਦੇ ਮੈਸੇਜ ਨੂੰ ਸ਼ੁਰੂ ਹੋ ਗਏ ਨੇ, ਔਰ ਕਿਤੇ ਅਸੀਂ ਇਹ ਵੀ ਜੰਗ ਹਾਰ ਨਾ ਜਾਈਏ, ਬ੍ਰਾਹਮਣ ਕਿਤੇ ਫਿਰ ਜਿੱਤ ਨਾ ਜਾਵੇ। ਔਰ ਇਸ ਦਾ ਵੀ ਬਚਣ ਲਈ ਮਹਾਰਾਜ ਨੇ ਦੱਸਿਆ ਹੋਇਆ ਕਿ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ, ਕਿ ਜੇ ਅਸੀਂ ਜਾਤ ਪਾਤ ਤੋਂ ਨਹੀਂ ਛੁਟਕਾਰਾ ਲੈ ਸਕਦੇ, ਅਸੀਂ ਲੰਗਰ ਦੇ ਵਿੱਚ ਲੰਗਰ ਛੱਕ ਕੇ ਸੰਗਤ ਕਰਕੇ ਪੰਗਤ ਕਰਕੇ ਫਿਰ ਵੀ ਜਾਤ ਪਾਤ ਦੇ ਨਾਮ 'ਤੇ ਵੰਡੀਆਂ ਪਾਉਣੀਆਂ ਤਾਂ ਫਿਰ ਅਸੀਂ ਆਪਣੇ ਆਪ ਨੂੰ ਸਿੱਖ ਨਹੀਂ ਅਖਵਾ ਸਕਦੇ, ਫਿਰ ਗੁਰੂ ਸਾਡੀ ਬਾਂਹ ਨਹੀਂ ਫੜੇਗਾ। ਔਰ ਇਸ ਦੇ ਨਾਲ ਅੱਜ ਦਾ ਸਮਾਂ ਜੋ ਹੈ ਉਹ ਸਾਡਾ ਸਮਾਪਤ ਹੁੰਦਾ ਹੈ, ਔਰ ਮੈਂ ਫਿਰ ਇੱਕ ਵਾਰੀ ਭਾਈ ਪਰਮਜੀਤ ਸਿੰਘ ਹੋਣਾ ਦਾ ਸਾਡੇ ਸਟੂਡੀਓ ਦੇ ਵਿੱਚ ਆਉਣ ਲਈ ਧੰਨਵਾਦ ਕਰਦਾ ਹਾਂ। ਔਰ ਨਾਲ ਇੱਕ ਹੋਰ ਛੋਟੀ ਜਿਹੀ ਜਾਣਕਾਰੀ ਆਪ ਜੀ ਨੂੰ ਦਿੰਦਾ ਹਾਂ ਕਿ ਜੋ ਇਹ ਕਿਤਾਬ ਹੈ ਭਾਜੀ ਪਰਮਜੀਤ ਸਿੰਘ ਹੋਣਾ ਨੇ ਵੀ ਪੜ੍ਹੀ ਹੈ, ਇੱਕ ਕਿਤਾਬ ਜੋ ਸਿੱਖਾਂ ਦੀ ਹਿਸਟਰੀ ਹੈ ਜਾਂ ਕਹਿ ਲਓ ਹਿਊਮਨ ਰਾਈਟਸ ਦੀ ਹਿਸਟਰੀ ਹੈ ਸਾਊਥ ਏਸ਼ੀਆ ਦੇ ਵਿੱਚ, ਉਸ ਚੀਜ਼ ਨੂੰ ਰੀਵਿਜ਼ਿਟ ਕਰਦੀ ਹੈ। ਇਹ ਕਿਤਾਬ ਦਾ ਟਾਈਟਲ ਹੈ ਕੈਪਟੀਵੇਟਿੰਗ ਦਾ ਸਿੰਪਲ ਹਾਰਟ। ਇਹ ਕਿਤਾਬ ਜੋ ਹੈ ਇਹ ਪੀਟਰ ਫਰੈਡਰਿਕ ਅਤੇ ਭਜਨ ਸਿੰਘ ਹੋਣਾ ਨੇ ਲਿਖੀ ਹੈ, ਔਰ ਭਜਨ ਸਿੰਘ ਹੋਣੀ ਵਰਜੀਨੀਆ ਦੇ ਵਿੱਚ ਆ ਰਹੇ ਨੇ ਜੋਰਜ ਮੇਸਨ ਯੂਨੀਵਰਸਿਟੀ ਦੇ ਵਿੱਚ, 3 ਜੂਨ ਨੂੰ ਸ਼ਾਮ ਨੂੰ 3 ਤੋਂ 6 ਵਜੇ ਤੱਕ ਉਹ ਸੰਗਤਾਂ ਦੇ ਰੂਬਰੂ ਹੋਣਗੇ।
ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਖਿਮਾ 'ਤੇ ਜਾ ਚੁੱਕਾਂ। ਅਗਲੇ ਹਫ਼ਤੇ ਇਸੇ ਟਾਈਮ ਇਸੇ ਜਗ੍ਹਾ 'ਤੇ ਫਿਰ ਮਿਲਦੇ ਹਾਂ। ਮੈਂ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਜਿੱਦਾਂ ਕਹਿੰਦੇ ਕਿ ਅੰਗਰੇਜ਼ਾਂ ਨੇ ਡਿਵਾਈਡ ਐਂਡ ਰੂਲ ਦਾ ਕੰਮ ਸ਼ੁਰੂ ਕੀਤਾ, ਇਹ ਡਿਵਾਈਡ ਪਾੜੋ ਤੇ ਰਾਜ ਕਰੋ ਦੀ ਨੀਤੀ, ਇਹ ਡਿਵਾਈਡ ਐਂਡ ਰੂਲ ਬਹੁਤ ਪਹਿਲਾਂ ਸ਼ੁਰੂ ਹੋ ਗਿਆ ਸੀ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਤਾਂ ਕਿ ਜੋ ਬੁੱਧਿਜ਼ਮ ਨਾਲ ਹੋਇਆ ਹੈ ਉਹ ਸਿੱਖੀਜ਼ਮ ਨਾਲ ਨਾ ਹੋਵੇ। ਜਿੰਨੀ ਜਲਦੀ ਸਾਨੂੰ ਸਮਝ ਆ ਜਾਏਗਾ ਉਨੀ ਹੀ ਗੱਲ ਚੰਗੀ ਹੈ। ਕਿਆ ਬਾਤ ਹੈ ਜੀ, ਇਹਦੇ ਇਸ ਦੇ ਨਾਲ ਹੀ ਅਸੀਂ ਤੁਹਾਡੇ ਤੋਂ ਕਿਮਾ 'ਤੇ ਜਾ ਚੁੱਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।